अस्सलाम वालेकुम रहमतुल्लाह जी दोस्तों, असी अलहमदुल्ला फिर अज आए हैं वजीराबाद और लाइव होए हैं। एच ओ नदीम साहब ने इन्हें छत्ते आए हैं तो अरशद साहब बाकी तेरे जो ना तुम शो कर। अच्छा मेरे जी, अस्सलाम वालेकुम जी दोस्तों। इस तरह पहले उस्ताद उन्होंने स्टेटमेंट लाया कि असी वजीराबाद आए हैं अलहमदुल्ला चौधरी नदीम रजा साहब की तरफ फैसल होटल से। बड़ा अच्छा शौकीन करते हैं उस्ताद वाले शरीद ने और उस्ताद ने, ते बड़ा अच्छा शौक करते हैं जी। तो इन्हें छत तुम इन्हों का पहले तारुफ कराने जी। जी अस्सलाम वालेकुम जी चोई साहब जी। वालेकुम सलाम, की हाल चाल जी? ठीक ठाक हो? और तबीयत से ठीक है? तुम्हारे ना सानू बड़ियां मोहब्बतां जी, सानू भी तुम्हारा ताड़ी कमी आओ ना ग्रुप दे विच ते बड़ी महसूस होंदी है। ताड़ा जिक्र गाहे बहाए चलदा ही रहंदा, ताड़ा जिक्र खैर होंदा ही रहंदा सारे भरावां दी। ते नाले मेरे उस्ताद मोहतरम इमरान साहब जिहड़े ने ओह किसे तारफ दे मुताज नहीं, और ना जिहड़ा ना होर कोई ऐसे वर्ल्ड दे उत्ते माशाल्लाह इसलिए फेमस ने। तो असी खुशकिस्मती अपनी समझने जी सानू एडे अच्छे उस्ताद मिले ने, और सब तो वड्डी गल ए कि वह अच्छे उस्ताद ते नाते एक अच्छे इंसान भी ने। क्या बात है, अच्छा इंसान होना सब तो वड्डी गल है। अलग गल ਇਹ ਚੋਈ ਸਾਹਿਬ ਪਹਿਲੇ ਵੀ ਜ਼ਿਕਰ ਕਰਦੇ ਹੁੰਦੇ ਨੇ ਜੀ, ਕੋਈ ਗਿਲਾ ਸ਼ਿਕਵਾ ਹੋ ਜਾਵੇ ਨਾ ਤੇ ਫਿਰ ਇਹ ਸਾਨੂੰ ਕਹਿੰਦੇ ਹੁੰਦੇ, ਤੜੀ ਲਾਉਂਦੇ ਹੁੰਦੇ ਕਿ ਅਰਸ਼ਦ ਸਾਹਿਬ ਇਹ ਬੜੇ ਅੱਛੇ ਇਨਸਾਨ ਜੀ। ਮੈਂ ਕਹਿੰਦਾ ਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਜੀ। ਜੋ ਫਿਰ ਇਨਸਾਨ ਦੀ ਕੁਆਲਿਟੀਆਂ ਉਹਨੂੰ ਬਿਆਨ ਕਰਨੀਆਂ ਚਾਹੀਦੀਆਂ ਨੇ, ਤੇ ਉਹ ਵਾਕਈ ਕਾਬਲੇ ਤਾਰੀਫ ਨੇ ਜੀ। ਮੈਂ ਫਖਰ ਮਹਿਸੂਸ ਕਰਨਾ ਕਿ ਮੈਂ ਇਹੋ ਜਿਹੇ ਅੱਛੇ ਉਸਤਾਦਾਂ ਦੇ ਨਾਲ ਮੇਰਾ ਤਲਕ ਹੈ ਔਰ ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਮੈਨੂੰ ਇਸ ਗੱਲ 'ਤੇ ਫਖਰ ਹੈ ਜੀ, ਮਾਸ਼ਾਅੱਲਾ। ਲਓ ਜੀ, ਇਹ ਇਹਨਾਂ ਦੀ ਛੱਤ ਦਾ ਵਿਊ ਜੇ, ਕੁੱਤੇ ਛੁੱਤੇ ਵੀ ਇਹਨਾਂ ਨੇ ਰੱਖੇ ਨੇ ਇੱਥੇ। ਇਹ ਰੁਕਣ ਵਾਸਤੇ ਨੇ, ਉਹ ਉੱਤੇ ਟਾਪਾਂ ਲੱਗੀਆਂ ਉੱਡਣ ਵਾਸਤੇ, ਬਾਜ਼ੀ ਮੇਕਰ ਛੱਤ ਹੈ ਸਾਰੇ। ਇਹ ਸਾਰੇ ਥੱਲੇ ਜੋੜੇ ਵਾਸਤੇ ਖੁੱਡੇ ਨੇ ਇਹਨਾਂ ਦੇ, ਇਹ ਪੰਜ ਖੁੱਡੇ ਜਿਹੜੇ ਨੇ, ਇਹ ਲੈਨ ਸਿਰ ਜਿਹੜੇ ਨੇ, ਇਹ ਸਾਰੇ ਖੁੱਡੇ ਨੇ। ਦੋ ਇਹਨਾਂ ਨੇ ਉਹ ਸਾਬਰ ਸਾਹਿਬ ਤੁਹਾਡੇ ਮਾਵਤ ਕਿੱਥੇ ਨੇ ਜੀ, ਉਹ ਵੀ ਇਹਨਾਂ ਨੇ ਰੱਖੇ ਨੇ ਇੱਧਰ। ਇਹ ਇਹਨਾਂ ਨੇ ਜੋੜੇ ਲਾਏ ਨੇ ਢੋਲੀ ਵਾਲੇ ਰੱਖਣ ਵਾਸਤੇ, ਬੜਾ ਖੁਸ਼ ਹੋ ਰਹੇ ਜੀ ਨਾ ਹੀ ਇਹ ਤੇ ਫਿਰ ਬੜਾ ਸ਼ਰਾਰ ਕਰਦੇ ਨੇ, ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ। ਤੇ ਅਲਹਮਦੁਲਿਲਾ ਇਹਨਾਂ ਦੇ ਕੋਲ ਬੜੇ ਅੱਛੀ ਕਲੈਕਸ਼ਨ ਨੇ ਖਰੀਦਿਆਂ ਦੀ ਜੀ ਜੀ, ਤੇ ਔਰ ਇੱਕ ਅੱਛੀ ਤਾਦਾਦ ਦੇ ਵਿੱਚ ਤੁਸੀਂ ਕਾਫੀ ਦਫਾ 3-4 ਦਫਾ ਤੇ ਮੈਂ ਤੁਹਾਡੇ ਨਾਲ ਇੱਥੇ ਵਿਜ਼ਿਟ ਕਰਦੇ ਆ ਜੀ, ਬਿਲਕੁਲ। ਤੁਸੀਂ ਦੱਸ ਦਿਓ ਇਹਨਾਂ ਕੋਲ 1500 ਤੋਂ 2000 ਕਬੂਤਰ ਸੀ ਫਸਟ ਟਾਈਮ, ਲੇਕਿਨ ਹੁਣ ਇਹਨਾਂ ਨੇ ਨਾ ਤਕਰੀਬਨ ਕੋਈ 50 ਤੋਂ 100 ਜਿਹੜਾ ਲਾਇਆ, ਬੜਾ ਅੱਛਾ ਸਿਲੈਕਟ ਕਰ ਗਏ ਜੀ, ਤੇ ਰਿਜ਼ਲਟ ਵੀ ਉਹਨਾਂ ਦਾ ਬੜਾ ਅੱਛਾ ਆ ਰਿਹਾ। ਸ਼ੋਅ ਕਰਨ ਦਾ ਵੀ ਮਜ਼ਾ ਆਉਂਦਾ ਜਦੋਂ ਅੱਛੇ ਪਰਿੰਦੇ ਅੱਛੇ ਆਉਂਦੇ ਨੇ, ਜਿਹੜਾ ਕਬੂਤਰਬਾਜ਼ ਅੱਛਾ ਕਬੂਤਰ ਦਾ ਸ਼ੋਅ ਕਰਨ ਵਾਲਾ ਉਹਨੂੰ ਵੈਸੇ ਹੀ ਇੱਕ ਖੁਸ਼ੀ ਫੀਲ ਹੁੰਦੀ ਹੈ, ਤੇ ਉਹ ਅਸੀਂ ਦੋਸਤਾਂ ਨੂੰ ਨਾਲ ਨਾਲ ਸ਼ੋਅ ਕਰਾਵਾਂਗੇ, ਤੁਹਾਨੂੰ ਮਜ਼ਾ ਆਏਗਾ ਕਬੂਤਰ ਦੇਖ ਕੇ। ਇਹ ਉਹਨੇ ਕਿ ਜੋੜਾ ਆਇਆ ਚੱਲੀ ਵਾਲਾ, ਬਹੁਤ ਮਜ਼ੇਦਾਰ ਜੋੜਾ, ਯਾਨੀ ਦਿਲ ਕੀਤਾ ਕਿ ਇਹਦਾ ਸ਼ੋਅ ਲਾਜ਼ਮੀ ਕਰਵਾਈਏ, ਜ਼ਰੂਰ ਕਰਾਓ ਜੀ ਸ਼ੌਂਕ। ਔਰ ਇਹਦੇ ਬਾਰੇ ਸਾਨੂੰ ਦੱਸਣਾ ਵੀ ਜੇ, ਅਤੇ ਮੈਂ ਕਹਿੰਦਾ ਕਿ ਦੇਖਣ ਵਾਲਿਆਂ ਨੂੰ ਨਾ ਫਾਇਦਾ ਹੋਣਾ ਚਾਹੀਦਾ, ਦੋਸਤਾਂ ਨੂੰ ਕਿ ਜੋੜਾ ਕਿਸ ਤਰ੍ਹਾਂ ਲਾਉਣਾ ਚਾਹੀਦਾ, ਉਹ ਜੋੜੇ ਦੀ ਕਿਹੜੀ ਕਬੂਤਰਾਂ ਦੀ ਕੁਆਲਿਟੀ ਹੁੰਦੀ ਹੈ। ਅੱਛਾ ਦੇਖੋ ਨਾ, ਅੱਲੀ ਵਾਲਾ ਕਬੂਤਰ ਹੈ ਸਭ ਤੋਂ ਪਹਿਲੇ ਮੇਨ ਚੀਜ਼। ਹਾਂਜੀ, ਇਹਦੀ ਬਗਲ ਬੜੀ ਅੱਛੀ ਹੈ, ਇਹਦਾ ਪਰ ਬੜਾ ਅੱਛਾ, ਫਿਰ ਪਰ ਦੀ ਲੈਂਥ ਬੜੀ ਸ਼ਾਨਦਾਰ ਇਹਦੀ ਹੈ, ਦੇਖ ਲਓ। ਅੱਛਾ ਜੀ, ਔਰ ਇਸ ਕਬੂਤਰ ਇਹਨਾਂ ਕਬੂਤਰਾਂ ਦੇ ਵਿੱਚ ਨਾ ਐਡੇ ਪਿਓਰਟੀ ਦੇ ਵਿੱਚ ਗਏ ਨਸਲ ਦੇ ਵਿੱਚ ਘੱਟ ਕਬੂਤਰ ਨਜ਼ਰ ਆਉਂਦੇ ਨੇ, ਇਹਦੀ ਅੱਖ ਦਾ ਵੀ ਸ਼ੌਕ ਅਸੀਂ ਕਰਾਉਂਦੇ ਹਾਂ ਜੀ। ਬਿਲਕੁਲ, ਅੱਲੀ ਵਾਲਾ ਕਬੂਤਰ ਹੈ ਜੀ, ਸ਼ਾਨਦਾਰ ਕਬੂਤਰ ਹੈ, ਔਰ ਮਾਸ਼ਾਅੱਲਾ ਦੇਖ ਕੇ ਜੋੜਾ ਬਹੁਤ ਮਜ਼ਾ ਆਇਆ, ਔਰ ਮਾਦੀ ਵੀ ਬਹੁਤ ਸੁਪਰ ਹੈ, ਇੱਕ ਟੱਕਰ ਦੀ ਮਾਦੀ ਲੱਗੀ ਇਹਦੇ ਨਾਲ। ਲੋ ਭਾਈ ਮਾਦੀ ਵੀ ਦਿਖਾਓ, ਔਰ ਚਲੋ ਇਹਦੀ ਅੱਖ ਉੱਖ ਦਾ ਤਾਂ ਸ਼ੌਕ ਹੋ ਹੀ ਰਿਹਾ, ਲੇਕਿਨ ਇਹਦੀ ਐਸੀ ਬਾਡੀ ਹੈ ਕਿ ਅੱਛਾ ਆਈ ਹੈ ਅਤੇ ਨਸ਼ਾ ਆ ਗਿਆ, ਐਸੀ ਸ਼ਾਨਦਾਰ ਬਾਡੀ ਦੀ ਮਾਲਕ ਹੈ। ਹਾਂਜੀ, ਜੋੜਾ ਹੀ ਬੜਾ ਸੁਪਰ ਲੱਗਾ ਹੈ ਜੀ, ਇਹਦਾ ਪਰ ਪੁਰਜ਼ਾ ਵੀ ਦੇਖੋ, ਇਹਦਾ ਵੀ ਪਰ ਦੇਖੋ ਬਗਲ ਕੈਸੀ ਅੱਛੀ ਹੈ, ਪਹਿਲਾਂ ਪਰ ਵੀ ਯਾਨੀ ਬਗਲ ਤੋਂ ਬਾਹਰ ਨਿਕਲ ਰਿਹਾ, ਫਿਰ ਪਰਾਂ ਦੀ ਲੈਂਥ ਲੂੰਥ ਤੀਲੀ ਹੈ, ਤੀਲੀ ਮੇਰੀ ਫੇਵਰੇਟ ਤੀਲੀ ਜੀ ਹੈ ਲਈ। ਮੈਂ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਕਬੂਤਰ ਛੋੜਦੇ ਦੇਖਣੇ ਨਾ, ਇਸ ਤੀਲੀ ਨੂੰ ਮੈਂ ਬੜੀ ਅਹਿਮੀਅਤ ਦਿੰਦਾ, ਕਿਉਂਕਿ ਇਹਦੀ ਵਜ੍ਹਾ ਪਤਾ ਕੀ ਹੈ, ਇਹ ਤੀਲੀ ਦਾ ਕਬੂਤਰ ਮੈਂ ਕਦੀ ਜ਼ਿੰਦਗੀ ਠੱਪਾ ਨਿਕਲਦੇ ਨਹੀਂ ਦੇਖਿਆ, ਐਸੀ ਸ਼ਾਨਦਾਰ ਤੀਲੀ ਹੈ, ਔਰ ਇਹਦਾ ਪੰਜਾ ਪੰਜਾ ਵੀ ਬਹੁਤ ਵਧੀਆ,
और अली अली मादी एडी अच्छी हालत घट नजर आती है, बहुत वधिया मादी। अच्छा उस्ताद जी, मैं अज थोड़ा जहा ना मेरे जहन कुछ सवाल चल रहा, मैं तुहानूं बारे करांगा। जी जी, तुसीं थोड़ा जहा अपना ना दोस्तों नूं ना तारुफ होना चाहिए। कई दोस्त नवे जिहड़े देखण वाले ने, फॉलोअर भी तुहाडे शौकीन है, इंडिया दे विच भी पूरे वर्ल्ड दे विच। इस टाइम तुहानूं अल्लाह का शुक्र है, बड़ी अल्लाह ने सानूं इज्जत दित्ती है। यह सारा अल्लाह का फजल और करम, और लाहौर के इत्थे सारे दोस्त सानूं जानदे ने, लाहौर तो बाहर भी। ताड़ी कबूतरबाजी का खानदानी तुहानूं विरासत च कबूतरबाजी हैगी है, और तुसीं जिहड़ियां गल्लां करदे हो कोई हवा वालियां गल्लां नहीं हैगियां। मैं दोस्तों नूं दसना चाहुंदा कि तुसीं थोड़ा जिहा दसो अपने बचपन ही, तुसीं स्कूल दौर दे विच भी बाजियां उड़ाइयां ने, यानी कि 94-95 दसो किस तरह ਤੁਹਾਨੂੰ ਕਿਦੋਂ ਦਾ ਸ਼ੌਕ, ਔਰ ਹਾਜੀ ਸਾਹਿਬ ਦਾ, ਹਾਜੀ ਮਾਨੀ ਸਾਹਿਬ ਜਿਹੜੇ ਤੁਹਾਡੇ ਵਾਲਦ ਸਾਹਿਬ ਸਨ 88 ਤੋਂ ਸ਼ੌਕ। ਅੱਲਾ ਇੱਕ ਮਿੰਟ ਜ਼ਰਾ, ਤੁਹਾਡੇ ਵਾਲਦ ਸਾਹਿਬ ਦਾ ਜ਼ਿਕਰ ਆ ਗਿਆ ਮੇਰੇ ਮੂੰਹ ਨਿਕਲਿਆ, ਬਹੁਤ ਨਫੀਸ ਇਨਸਾਨ ਸੀ, ਅੱਲਾ ਉਹਨਾਂ ਨੂੰ ਜੰਨਤੁਲ ਫਰਦੌਸ ਵਿੱਚ ਆਲਾ ਅਰਫਾ ਮੁਕਾਮ ਅਤਾ ਫਰਮਾਏ। ਹਰ ਵੇਲੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹਿੰਦੇ, ਉਹਨਾਂ ਦੀ ਬੜੀ ਕਮੀ ਮਹਿਸੂਸ ਹੁੰਦੀ ਹੈ ਹਾਜੀ ਮਾਨੀ ਸਾਹਿਬ। ਕੋਈ ਚੋਈ ਸਾਹਿਬ ਔਰ ਕਬੂਤਰ ਬਾਹ ਸਨ, ਤੁਹਾਡੇ ਤਾਇਆ ਜੀ ਵੀ, ਅਤੇ ਥੋੜ੍ਹਾ ਜਿਹਾ ਤੁਸੀਂ ਆਪਣੇ, ਕਿਉਂਕਿ ਮੈਂ ਕਹਿੰਦਾ ਇਹ ਚੀਜ਼ਾਂ ਇਸ ਕੋਲੋਂ ਦੱਸੋ ਕਿ ਲੋਕਾਂ ਨੂੰ ਪਤਾ ਹੋਵੇ ਕਿ ਇਹ ਚੀਜ਼ਾਂ ਮਜ਼ਾਕ ਨਹੀਂ ਹੈਗੀਆਂ ਜਾਂ ਕੋਈ ਨਹੀਂ। ਤੁਸੀਂ 30-40 ਸਾਲ ਦਾ ਆਪਣਾ ਤਜਰਬਾ ਹੈ, ਫਿਰ ਵੱਡਿਆਂ ਨੂੰ ਵੀ ਤਜਰਬਾ ਹਾਸਲ ਕੀਤਾ, ਦੱਸੋ ਜ਼ਰਾ। ਸਾਡੇ ਜਿਹੜੇ ਵੱਡੇ ਸਨ ਨਾ, ਮੇਰੇ ਤਾਇਆ ਜੀ, ਚਾਚਾ ਜੀ ਸਨ, ਮੇਰੇ ਵਾਲਦ ਸਾਹਿਬ ਸਨ, ਉਹ ਸਾਡੇ ਦੋਸਤ ਸਨ ਜੀ ਜੀ। ਸ਼ੌਕ ਦੀ ਵਜ੍ਹਾ ਤੋਂ, ਸ਼ੌਕ ਦਾ ਇੱਕ ਹੁਸਨ ਹੈ, ਔਰ ਮੈਂ ਬੜਾ ਅੱਲਾਹ ਦਾ ਸ਼ੁਕਰ ਅਦਾ ਕਰਨਾ ਕਿ ਅੱਲਾਹ ਤਾਲਾ ਦਾ ਬੜਾ ਖਾਸ ਕਰਮ ਹੈ। ਸ਼ੌਕ ਦੀ ਵਜ੍ਹਾ ਤੋਂ ਸਾਡੀ ਵੱਡਿਆਂ ਦੇ ਨਾਲ ਬੜੀ ਅਟੈਚਮੈਂਟ ਸੀ, ਕਿਉਂਕਿ ਉਹਨਾਂ ਨੂੰ ਸ਼ੌਕ ਸੀ ਕਬੂਤਰਬਾਜ਼ੀ ਦਾ, ਸਾਡਾ ਦੋਸਤਾਂ ਦਾ ਮਾਹੌਲ ਸੀ ਆਪਸ 'ਚ, ਯਾਨੀ ਕਈ ਦੋਸਤ ਦੇਖਦੇ ਸਨ ਅਤੇ ਮਹਿਸੂਸ ਨਹੀਂ ਸੀ ਹੁੰਦਾ ਕਿ ਸਾਡੇ ਵੱਡੇ ਨਹੀਂ ਹੈ, ਸਾਡਾ ਕਿਸ ਤਰ੍ਹਾਂ ਦਾ ਰਿਸ਼ਤਾ। ਉਹ ਇੱਕ ਸ਼ਾਇਦ ਦੋਸਤ ਹੀ ਬੈਠੇ ਨੇ ਆਪਸ 'ਚ, ਇਸ ਤਰ੍ਹਾਂ ਦੀ ਗੱਪਸ਼ੱਪ ਸੀ, ਅਤੇ ਉਹਨਾਂ ਨੇ ਇੱਕ ਬੜਾ ਆਪਣਾ ਜ਼ਿੰਦਗੀ ਦਾ ਟਾਈਮ ਸ਼ੌਕ ਨੂੰ ਦਿੱਤਾ। ਉਹਨਾਂ ਦੀ ਵੀ ਇਹ ਤੋਂ ਸਾਨੂੰ ਵੀ ਅੱਲਾਹ ਤਾਲਾ ਦਾ ਬੜਾ ਕਰਮ ਹੈ, ਫਿਰ ਅੱਛੇ ਉਸਤਾਦ ਮਿਲ ਗਏ ਸਾਡੇ, ਇੱਕ ਬੜੇ ਅੱਛੇ। ਜੇਠ ਦੀਆਂ ਬਾਜ਼ੀਆਂ ਜਦੋਂ ਹਾਜੀ ਸਾਹਿਬ ਤੁਸੀਂ ਬਚਪਨ ਤੋਂ ਪਹਿਲਾਂ ਹੀ ਉਡਾ ਰਹੇ ਸਨ, ਹਾਂਜੀ ਮੈਂ ਦੱਸਾਂਗਾ, ਦੱਸੋ ਕਿ 92 ਦੇ ਉਦੋਂ ਤੁਹਾਡੀ ਕਿੰਨੀ ਏਜ ਸੀ? ਸ਼ਾਹਪੁਰ ਜਾ ਕੇ ਫਸਟ ਟਾਈਮ ਬਾਜ਼ੀਆਂ ਉਡਾਈਆਂ ਸੀ, ਮੇਰੇ ਚਾਚਾ ਜੀ ਦੇ ਦੋਸਤ ਸਨ ਉਹਨਾਂ ਦੀਆਂ, ਯਾਨੀ ਸਕੂਲ ਬੈਗ ਪਾਉਂਦਾ ਸਾ ਅਤੇ ਮੈਂ ਉੱਥੇ ਸ਼ਾਹਪੁਰ ਚਲਾ ਜਾਂਦਾ ਸਾ ਬਾਜ਼ੀਆਂ ਉਡਾ। ਬੜਾ ਯਾਦਗਾਰ ਵਾਕਿਆ, ਬੜੀ ਪੁਰਾਣੀ ਗੱਲ ਹੈ, ਉਦੋਂ ਬਹੁਤ ਸਕੂਲ ਪੜ੍ਹਨਾ ਸਾ। ਬਲਕਿ ਇੱਕ ਬੜਾ ਮਜ਼ੇਦਾਰ ਵਾਕਿਆ ਹੋਇਆ, ਕੁਛ ਦੋਸਤ ਦੇਖਣ ਵਾਸਤੇ ਉੱਥੇ ਛੱਤ 'ਤੇ ਆਏ ਕਿ ਜੀ ਲੋਰੋ ਉਸਤਾਦ ਕਿਹੜੇ ਆਏ, ਹਾਂਜੀ ਹਾਂਜੀ ਹਾਂਜੀ, ਜੋ ਮੈਨੂੰ ਦੇਖ ਕੇ ਤੇ ਉਹ ਮੁਸਕਰਾ ਰਹੇ ਸਨ ਕਿ ਯਾਰ ਇਹ ਬੱਚਾ ਆਇਆ, ਸਕੂਲ ਦਾ ਬੈਗ ਵੀ ਕੋਲ ਅਤੇ ਗੋਲੀਆਂ ਵੀ ਤੁਹਾਡੀ ਜੇਬ ਵਿੱਚ ਸਨ, ਅਤੇ ਇੱਕ ਸ਼ੌਕ ਹੁੰਦਾ ਇਨਸਾਨ ਨੂੰ, ਅਤੇ ਉਸ ਤੋਂ ਬਾਅਦ ਅੱਲਾਹ ਦਾ ਫਜ਼ਲ ਹੈ ਕਿ ਸ਼ੌਕ ਕਰਦੇ ਆ ਰਹੇ ਹਾਂ, ਅਤੇ ਬਾਅਦ 'ਚ ਅੱਛੇ ਉਸਤਾਦ ਮਿਲੇ ਸਾਡੇ, ਬੜੇ ਅੱਛੇ ਤੁਹਾਡੇ ਉਸਤਾਦ ਜਿਹੜੇ ਨਾ, ਤੁਸੀਂ ਅੱਜ ਆਪਣੇ ਉਸਤਾਦ ਦਾ ਵੀ ਥੋੜ੍ਹਾ ਜਿਹਾ ਤਾਰੁਫ ਕਰਾਓ। ਮੇਰੇ ਉਸਤਾਦ ਮੀਆਂ ਗੁਲਾਮ ਹੁਸੈਨ ਸਰਕਾਲੇ, ਪਹਿਲੇ ਸਾਡੇ ਇੱਕ ਦੋਸਤ ਨੇ ਉਸਤਾਦ ਹਕੀਮਾਨੁੱਲਾ ਸਾਹਿਬ, ਬਿਲਕੁਲ ਜ਼ਿਕਰ ਕਰਦੇ ਤੁਸੀਂ, ਅੱਛਾ ਮੈਂ ਤੁਹਾਡੀ ਗੱਲ ਕੱਟ ਰਿਹਾ, ਬੜਾ ਉਹਨਾਂ ਦਾ ਵੀ ਜ਼ਿਕਰ ਖੈਰ ਹੁੰਦਾ ਰਹਿੰਦਾ, ਤੁਸੀਂ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹੋ, ਤੁਹਾਡਾ ਬੜਾ। ਉਸ ਤੋਂ ਬਾਅਦ ਸਾਡੇ ਜਿਹੜੇ ਜਿਨ੍ਹਾਂ ਦਾ ਮੈਂ ਬਕਾਇਦਾ ਸ਼ਾਗਿਰਦ ਹੋਇਆ, ਉਹ ਮੇਰੇ ਉਸਤਾਦ ਮੀਆਂ ਗੁਲਾਮ ਹੁਸੈਨ ਸਾਹਿਬ ਟਨਕਾ ਦੇ, ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਉਹਨਾਂ ਕੋਲੋਂ ਬੜਾ ਕੁਝ ਸਿੱਖਿਆ, ਔਰ ਅੱਜ ਉਹਨਾਂ ਦੀਆਂ ਦੁਆਵਾਂ ਔਰ ਬਰਕਤਾਂ ਨੇ ਕਿ ਅੱਲਾਹ ਤਾਲਾ ਨੇ ਸਾਨੂੰ ਮਾੜੀ ਮੋਟੀ ਸਮਝ ਦਿੱਤੀ, ਅਸੀਂ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ। ਮੇਰੇ ਇੱਕ ਦੋਸਤ ਨੇ ਬਾਰੀ ਸਾਹਿਬ, ਉਹਨਾਂ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਇੱਕ ਬੜੀ ਮਜ਼ੇਦਾਰ ਗੱਲ ਕੀਤੀ, ਉਹਨਾਂ ਕਿ ਯਾਰ ਤੁਸੀਂ ਬੜਾ ਖੁੱਲੀਆਂ ਗੱਲਾਂ ਕਰ ਦਿੰਦੇ ਹੋ, ਕਬੂਤਰ ਵਾਸਤੇ ਇਸ ਤਰ੍ਹਾਂ ਕਰਦੇ ਨੇ। ਮੈਂ ਕਿਹਾ ਯਾਰ ਮੈਂ ਬੜਾ ਟਾਈਮ ਸ਼ੌਕ ਦੇ ਵਿੱਚ ਨਾ ਗੁਜ਼ਾਰਿਆ, ਅਤੇ ਅਸੀਂ ਵੀ ਲੋਕਾਂ ਦੀਆਂ ਰਸਮੀ ਗੱਲਾਂ ਕਰਾਂਗੇ ਤਾਂ ਫਿਰ ਮਜ਼ਾ ਨਹੀਂ ਆਉਂਦਾ। ਅਗਰ ਅੱਲਾਹ ਤਾਲਾ ਨੇ ਤੁਹਾਨੂੰ ਮਾੜਾ ਮੋਟਾ ਇਲਮ ਦਿੱਤਾ ਹੈ, ਜਿੰਨਾ ਵੀ ਹੈ ਥੋੜ੍ਹਾ ਬਹੁਤ ਜਿੰਨਾ ਵੀ ਹੈ, ਉਹ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਦੋਸਤਾਂ ਦਾ ਫਾਇਦਾ ਹੋਵੇ, ਅਤੇ ਕੋਸ਼ਿਸ਼ ਕਰੀ ਦੀ ਹੈ ਅੱਲਾਹ ਤਾਲਾ ਬਿਹਤਰ ਕਰੇ, ਉਹਨੇ ਤੁਹਾਨੂੰ ਸ਼ੌਕ ਵਾਲੇ ਪਾਸੇ ਆਉਂਦੇ ਹਾਂ। ਇੱਕ ਮਿੰਟ ਜ਼ਰਾ ਮੈਂ ਸ਼ੌਕ ਕਰਾਉਣਾ, ਤੁਸੀਂ ਆਪਣੇ ਨਾ ਮੀਆਂ ਸਾਹਿਬ ਦੀ ਜਿਹੜੀ ਤੁਹਾਡੀ ਫਸਟ ਮੁਲਾਕਾਤ ਹੋਈ ਸੀ ਨਾ, ਜਿਹੜੀ ਤੁਸੀਂ ਹੱਡੀ ਦੇ ਬਾਰੇ ਦੱਸਦੇ ਹੋ, ਪਹਿਲੀ ਦਫ਼ਾ ਦੱਸ ਚੁੱਕੇ ਹਾਂ, ਦੇਖੋ ਕਿ ਮੈਂ ਕਹਿੰਦਾ ਰਿਕਾਰਡ ਦੇ ਵਿੱਚ ਆਈਏ ਗੱਲ, ਕਿ ਕਿਸ ਤਰ੍ਹਾਂ ਤੁਹਾਡੀ ਉਹਨਾਂ ਨਾਲ 2008 'ਚ ਤੁਸੀਂ ਉਹਨਾਂ ਦੇ, ਨਹੀਂ ਨਹੀਂ ਮੈਂ ਉਹਨਾਂ ਨਾਲ ਸੀਗੇ ਤਕਰੀਬਨ 2007 'ਚ, 6 ਮੇਰੀ 5 'ਚ ਮੁਲਾਕਾਤ ਹੋਈ ਸੀ ਉਹਨਾਂ ਨਾਲ। ਕਦੇ ਕਬੂਤਰ ਕਿਸੇ ਨੂੰ ਅਜ਼ਮਾਉਣਾ ਹੋਵੇ, ਚੈੱਕ ਕਰਨਾ ਹੋਵੇ ਕਿਸੇ ਕਬੂਤਰ ਨੂੰ, ਉਹ ਗੱਲ ਕਹਿੰਦੇ ਨੇ ਕਿ ਯਾਰ ਉੱਡਣ ਵਾਲਾ ਕਬੂਤਰ ਦਿਖਾਈਦਾ, ਖੈਰ ਉਹ ਚਲੋ ਉਹਦੇ ਪਹਿਲੇ ਵੀ ਦੋਸਤਾਂ ਨੂੰ ਦੱਸ ਚੁੱਕੀਆਂ, ਲੰਬੀ ਗੱਲ ਹੋ ਜਾਂਦੀ, ਅਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਬੜਾ ਇਲਮ ਦਿੱਤਾ ਹੈ, ਬੜਾ ਜ਼ਬਰਦਸਤ, ਅਸੀਂ ਉਹਨਾਂ ਦੇ ਇਲਮ ਤੋਂ ਫਾਇਦਾ ਵੀ ਲਿਆ ਹੈ। ਜਦ ਸ਼ੁਕਰ ਅੱਲਾਹ ਦਾ ਕਿ ਅੱਲਾਹ ਤਾਲਾ ਦਾ ਬੜਾ ਅਹਿਸਾਨ ਹੈ ਕਿ ਅਸੀਂ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ, ਦੱਸਦੇ ਹਾਂ ਦੋਸਤਾਂ ਨੂੰ, ਅਤੇ ਅੱਛਾ ਪਰਿੰਦਾ ਜਦੋਂ ਹੱਥ 'ਚ ਆਉਂਦਾ ਤਾਂ ਉਹ ਆਪੇ ਖੁਦ ਹੀ ਬੋਲਦਾ, ਕਹਿੰਦੀ ਉਹ ਗੱਲ ਥੋੜ੍ਹੀ ਜਿਹੀ ਨਾ ਫਿਰ ਲੰਬੀ ਚਲੀ ਜਾਂਦੀ। ਹੁਣ ਕੁਛ ਦੋਸਤ ਨਾ ਅਕਸਰ ਮੈਨੂੰ ਬੜੇ ਸਵਾਲ ਆ ਰਹੇ ਨੇ ਕਿ ਤੁਸੀਂ ਬਦਨ ਦਾ, ਬਦਨ ਨੂੰ ਬੜੀ ਅਹਿਮੀਅਤ ਦਿੰਦੇ ਹੋ, ਲੇਕਿਨ ਜਿਹੜਾ ਬਲੱਡ ਲਾਈਨ ਹੁੰਦਾ, ਦੇਖੋ ਇੱਕ ਚੀਜ਼ ਹੈਗੀ ਹੈ ਕਿ ਬਲੱਡ ਲਾਈਨ ਜਿਹੜੀ ਹੈ ਨਾ, ਕੋਈ ਵੀ ਉਹ ਗੱਲ ਜ਼ਿਆਦਾ ਮੈਂ ਚਾਹੁੰਦਾ ਕਿ ਲੰਬੀ ਨਾ ਹੋਵੇ, ਸ਼ਾਰਟ ਹੀ ਹੋਵੇ। ਮੈਂ ਕਹਿੰਦਾ ਤੁਸੀਂ ਉਹ ਇੱਕ ਵਾਕਿਆ ਛੋਟਾ ਜਿਹਾ ਕੋਟ ਕਰੋ, ਜਿਹੜਾ ਉੱਡਣ ਵਾਲਾ, ਜਿਹੜਾ ਤੁਸੀਂ ਦੱਸਦੇ ਨਹੀਂ ਕਿ ਕਬੂਤਰ ਹੱਥ ਵਿੱਚ ਆਇਆ। ਜੀ ਜੀ, ਕਿ ਜਿਹੜਾ ਬਲੱਡ ਲਾਈਨ ਹੈ ਨਾ,
उन्होंने लोगों से जिन्हें कबूतर 10-15-20 साल तो रखे ने समाए ने वो हों कि खोला कबूतर निकल आए ना उन्होंने अगर तुम पॉइंटा का हल्का है तो अच्छा ब्लड है उन्होंने जोड़े ला देने उन्हें होंगे की है वो छे बच्चे कटेगा तो एक अच्छा कटेगा बैक थ्रू करेगा एक अद्धा बच्चा अच्छा कटेगा लेकिन पांच होले कटेगा तो इन्ना टाइम किसी को नहीं है कि पांच ठप्पे बर्दाश्त करे तो फिर एक अच्छा ऑर्डिनेंस उन्होंने मिले एक म्यार दे बच्चे हाँ जी तो फिर तुम किसी दोस्त को परचेज कर जाते हो या दर्जी चुं परचेज कर जाते हो तुम उसे ब्लड लाइन नहीं फिर देख दो पॉइंट्स ही देख दौ अगर तुम वाले इलम है तो पॉइंट्स देकर अच्छा कबूतर कलैक्ट कर लेंगे हो तो कोशिश भी करनी चाहिए कि अच्छे आजाद आ जिनी मर्जी अच्छी ब्लड लाइन है जोड़ा बच्चा अच्छा नहीं ना पलता वो कोई वजह हो जाती है क्योंकि मैं तो अजमाया कि अच्छे तो अच्छा जोड़ा दो तीन झोलों तो बाद हल्के बच्चे कटन लग पाए तो कारीगर बंदा या जो समझदार बंदा जो देख रहा कि पॉइंट्स के फर्क आ रहा उन्होंने म्यार फर्क आ रहा उन्होंने या रेस्ट दे देता या लैदा लैदा करके जोड़े ला देता फिर दोबारा जी लाओ तो फिर अच्छे जोड़े कटन लग पाए हूँ मेरे को यानी कि मेरे जो अपने समूदा कबूतर ने 15-16 साल तो 18 नंबर जोड़ा एक जिक्र करते होंगे हाँ जी वो जोड़ा ही है कि बच्चे जोड़ा और 86 नंबर वो दो बच्चे पिछले निकले बड़ा सुपर जोड़ा लगा दोनों ही बड़े अच्छे अगे भी बच्चे उड़ाते हैं उन्होंने दो बच्चे निकले पट्ठा बड़ा अच्छा निकलिया पट्ठी नहीं निकली वो सी बचपन जी पॉइंटा की नहीं पसंद आई और जो डा के तजर्बा किया पट्ठा बहुत उड़िया पट्ठी नहीं उड़ी यानी कि एक जोड़े के दो एक झोल के दो बच्चे आपस से नहीं मिलते इस तरह एक इंसान के पांच बच्चे होंगे 15-15 के मिजाज वक्रा होंगे यानी कि पॉइंट देख के रोकना चाहिए जोड़िया के खाली ब्लड लाइन या लकीर दे खराबी कबूतरबाजी चोल होंगी है जी 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 जो बंदे को एक छोड़ता है ना बंदा कहता यार भरा जेठ से पांच भी आई चार बजे या छह बजे बैठा जी वो सारी कटी गए उदो कबूतर खराब होंगे जो मैं इन्ने सालों के जो नोट की ना चीज़ वो खराबी पैदा होनी शुरू हो जाती लोग म्यार नहीं देखते कि केड़ा बच्चा केड़े जो उड़िया से अजा की सन पांच बजे तक या छे बजे तक जेठ चुड़िया बाडी पर सी वो दुम की सी बाकी भैन भरावान के पर की निकल आए दुम की निकल आई है यह चीज़ असं नोट नहीं करते असल जो एक मैं मिसाल तुम इस तरह देना पहली झोल मजेदार गल दसन लगा कि मेरे जो उस्ताद होंगे ना उन्होंने तलक जरा ना उन्होंने जो वडेरे से अफगानिस्तान तो आए थे गोरी बरादरी उन्होंने उन्होंने यानी कि भतीजे का बेटा निकलिया बड़ा खूबसूरत जिस तरह अंग्रेज़ होंगे ने चिट्टा सफेद नीलियाँ अखा का मैं मियाँ साहब को कहा मैं मियाँ साहब तुहाडा जिहड़ा अजीज़ है बच्चा है बड़ा प्यारा निकलिया यानी एड्डा खूबसूरत उन्होंने कहा बैक थ्रू कर गया जो वड वडेरा ना जो साड़ी नस्ल चली है पांच छह पीढ़ियां पहले ये चला गया बिल्ला पूरा सी हाँ वो इस तरह का जो हो जाता कबूतर जो अच्छा पर वड़िया होंगे बैक थ्रू कर देने ऐ नहीं है गल लेकिन वोसे तुम बड़ा सबर से बड़ा टाइम चाहिए कि 6-7-8 बुरे निकल आए एक अच्छा निकल आया वो अच्छे ब्लड लाइन की सिर्फ मैं तो यह चीज़ देखी है बाकी ठीक है हर बंद का अपना अपना शौक है तो आई हूँ थोड़ा कुछ शौक ताे ना मेरा पहले तारुफ नहीं सी 2012-11 उदो भी मेरी सीनियर लाहौर के जो उस्ताद से ना उन्होंने मिलना जुलना बैठना सी उन्होंने भी मैंने कहा कि मियाँ गुलाम हुसैन साहब जोड़े ना ट्रंका वाले अगर लाहौर के उन्होंने मैं क्या यार अगर कोई हड्डी जोड़ की कबूतरबाजी करता है ना या कोई हड्डी जोड़ समझदा तो वह मियाँ गुलाम हुसैन ट्रंका वाले है जे कबूतरबाजी हड्डी जोड़ समझते उन्होंने बारे भी यह मशहूर से अल्लाह ने तुम्हें भी इज्जत दी ता भी हड्डी के बारे जिक्र आता है ब्लड लाइन तो गल कर ठीक है इस चीज़ की मुखालफ नहीं करते ब्लड लाइन है ਬਰਾਲ ਜਿਹੜੀ ਜਿੰਨਾ ਵਾਸਤੇ ਜ਼ਮਾਏ ਆ ਜਿੰਨਾ ਕੋ ਜ਼ਮੂਦ ਆ ਕੀਤੀ ਹੈ ਉਹਦੀ ਗੱਲ ਹੋ ਗਈ ਤੁਸੀਂ ਦੋ ਤਿੰਨ ਦਾ ਪੁੱਛਿਆ ਚਲੋ ਮੈਂ ਗੱਲ ਕੋਡ ਕਰ ਦਿੰਦਾ ਕਿ ਮੀਆਂ ਸਾਹਿਬ ਨੇ ਜੋ ਫਸਟ ਟਾਈਮ ਮੇਰੇ ਕੋਲ ਆਏ ਨੇ ਉਹ ਮੇਰੇ ਉੱਡਣ ਵਾਲੇ ਕਬੂਤਰ ਇੰਜ ਫੜਦੇ ਸਨ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਹੀ ਜਾ ਰਿਹਾ ਤੇ ਮੈਨੂੰ ਵਾਪਸ ਫੜਾਤਾ ਮੈਂ ਕਿਹਾ ਜੀ ਸਾਜੀ ਦੇ ਬਾਰੇ ਕੋਈ ਦੱਸੋ ਕਹਿੰਦੇ ਯਾਰ ਇਹ ਠੁੱਕਾ ਮੈਂ ਕਿਹਾ ਜੀ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਜ਼ਰਾ ਐਕਸਪਲੇਨ ਕਰੋ ਖੁੱਲ ਕੇ ਕਹਿੰਦੇ ਯਾਰ ਇਹ ਬੇਈਮਾਨ ਕਬੂਤਰ ਹੈ ਜ਼ਿਆਦਾ ਕਬੂਤਰਾਂ ਦੀ ਰਸ਼ ਚੁੱਡੇਗਾ ਜਾਂ ਬੁੱਲੇ ਚੁੱਡੇਗਾ ਸ਼ਾਮ ਨੂੰ ਪੀਏਗਾ ਤੇ ਸਵੇਰ ਠਾਪਾ ਮਾਰ ਕੇ ਵੀਗਾ ਤੇਰੀ ਗੱਲ ਨਹੀਂ ਮੰਨੇਗਾ ਤੁਸੀਂ ਹੈਰਾਨ ਹੋ ਗਏ ਮੇਰੇ ਅਸੀਂ ਇੱਕ ਨਵੀਂ ਚੀਜ਼ ਸੀ ਮੇਰੇ ਰੋਂਗਟੇ ਖੜੇ ਹੋ ਗਏ ਕਿ ਯਾਰ ਇਹ ਜਾਦੂ ਕਰੀਏ ਜਾਂ ਮੇਰੀਆਂ ਫਿਰਤਾਂ ਦੇ ਦੇਣੇ ਨੇ ਕਿਉਂਕਿ ਬਾਡੀ ਦਾ ਇਲਮ ਐਸਾ ਹੈ ਕਈ ਦੋਸਤਾਂ ਨੇ ਮੈਨੂੰ ਸਵਾਲ ਕੀਤੇ ਨੇ ਵਟਸਐਪ 'ਤੇ ਕਿ ਤੁਸੀਂ ਬਦਨ ਫੜ ਕੇ ਦੇਖ ਦਿਓ ਤਾਂ ਬਲੱਡ ਲਾਈਨ ਕਿੱਥੇ ਗਈ ਫਲਾਂ ਚੀਜ਼ ਕਿੱਥੇ ਗਈ ਬਸ ਆਪਣੀ ਆਪਣੀ ਇੱਕ ਸੋਚ ਹੈ ਜੀ ਕੁਦਰਤੀ ਇੱਕ ਚੀਜ਼ ਹੈ ਜਿਹਦਾ ਸਟਰਕਚਰ ਅੱਛਾ ਨਾ ਬਾਡੀ ਦਾ ਉਹ ਕਬੂਤਰ ਉੱਡਦਾ ਹੀ ਉੱਡਦਾ ਅਸੀਂ ਤਾਂ ਇਹੀ ਅਜ਼ਮਾਇਆ ਇੰਨੇ ਸਾਲਾਂ 'ਚ ਪਰ ਹਾਲ ਮੈਂ ਕਦੀ ਐਸਾ ਨਹੀਂ ਦੇਖਿਆ ਕਿ ਕੁਛ ਕਬੂਤਰ ਐਸੇ ਹੁੰਦੇ ਨੇ ਬਾਡੀ ਦੇ ਪਰਾਂ ਦੇ ਪੁਆਇੰਟਾਂ ਦੇ ਅੱਛੇ ਨੇ ਉਹ ਅਗਰ ਚਾਲੂ ਨਹੀਂ ਵੀ ਨਾ ਕਿਸੇ ਵਜ੍ਹਾ ਤੋਂ ਥੋੜ੍ਹਾ ਟਾਈਮ ਲੱਗਾ ਲੇਕਿਨ ਬਹੁਤ ਛੋਟੇ ਨੇ ਫਿਰ ਸ਼ਾਮਾਂ ਤੱਕ ਉੱਡੇ ਨੇ ਇਹ ਕਬੂਤਰੀ ਘਾਸ ਚ ਆਈ ਹੈ ਬੜਾ ਮਜ਼ਾ ਆ ਰਿਹਾ ਤੁਹਾਨੂੰ ਦੇਖ ਕੇ ਦੋਸਤਾਂ ਸ਼ੋਅ ਕਰਾਂ ਤੁਸੀਂ ਇਹਦੇ ਪਿੱਛੇ ਆਈ ਮੈਂ ਕਹਾਂ ਰਸਤਾ ਇੱਥੋਂ ਵਾਲੇਕੁਮ ਸਲਾਮ ਇਹਦਾ ਭਰਾ ਜੀ ਨਾ ਨਹੀਂ ਉੜਿਆ ਸਾਹਿਬ ਆਪਣੇ ਜੀ 8 ਵਜੇ ਤੱਕ ਦਾ ਪੁੱਤਰ ਸਾਹਿਬ ਦੀ ਮਾਂ ਜੀ ਜੀ ਇਹ ਜੀ ਫਲਕਸ਼ੀਰ ਮਾਦੀ ਹੈ ਆਪਣੇ ਕਰਨ ਲੋ ਰਹੀ ਆਈ ਹੈ ਮੇਰੇ ਵੱਲੋਂ ਮਾਸ਼ਾ ਅੱਲਾ ਔਰ ਇਹਦਾ ਕੁੰਦਾ ਔਰ ਇਹਦੀ ਬਾਡੀ ਇਹਦੀ ਦੁੰਮ ਯਾਨੀ ਇਹਦਾ ਪੁੱਤਰ ਇੱਥੇ ਮਾਸ਼ਾ ਅੱਲਾ 8 ਵਜੇ ਕੇ ਵਾਲੇਕੁਮ ਸਲਾਮ ਇਹ ਚੌਧਰੀ ਨਦੀਮ ਰਜ਼ਾ ਸਾਹਿਬ ਦੇ ਕੁਝ ਮਹਿਮਾਨ ਆਏ ਨੇ ਜੀ
ਵਾਲੇਕੁਮ ਅਸਲਾਮ। ਚੋਈ ਸਾਹਿਬ ਕੋਈ ਤੁਹਾਡੇ ਮਹਿਮਾਨ ਆਏ ਨੇ? ਕੀ ਹਾਲ ਹੈ ਜੀ? ਠੀਕ ਠਾਕ ਖੈਰੀਅਤ ਭਾਅ ਜੀ? ਇਹ ਤਾਰੁਫ ਕਰਾ ਦਿਓ ਤੁਸੀਂ, ਇੱਧਰ ਸਭ ਨੇ ਆਓ ਬੈਠੋ ਨਾ ਤੁਸੀਂ, ਉਹ ਸ਼ੌਂਕ ਕਰਾਓ ਜੀ ਤੁਸੀਂ ਅਤੇ ਫਿਰ ਤਾਰੁਫ। ਇਹ ਮਾਦੀ ਹੈ ਜੀ, ਮਛਲਾ ਪੇਰ ਦੇ ਸ਼ੋਅ ਕਰਾਉਂਦੇ ਆ ਫਲਕ ਸ਼ੇਰ। ਹਾਂਜੀ ਫਲਕ ਸ਼ੇਰ। ਇਹਦਾ ਬੇਟਾ ਜੇਠ ਕਿੰਨੇ ਵਜੇ ਬੈਠਾ ਜੀ? ਹਾਂਜੀ 8-8 ਵਜੇ। 8 ਵਜੇ ਤੱਕ ਬੈਠਾ? ਹਾਂਜੀ 7:30-8 ਵਜੇ ਤੱਕ ਬੈਠਾ, ਫਿਰ ਉਸ ਤੋਂ ਬਾਅਦ ਸਟੂਡੀਓ ਵਿੱਚ ਵੀ ਅੱਛਾ ਉੱਡਿਆ। ਹਾਂਜੀ ਇੱਕ ਵਾਰੀ 8 ਕੁਛ 'ਤੇ ਵੀ ਬੈਠਾ। 8:01 8:01 ਦੇ ਇਹ ਉਹਦੀ ਮਾਂ ਜੀ ਬਗਲ ਪਾਟੇ ਫਲਕ ਸ਼ੇਰ ਫਲਕ ਸ਼ੇਰ ਫਲਕ ਸ਼ੇਰ ਇਹਨਾਂ ਦਾ ਬੱਚੇ ਦੀ ਪਰਫਾਰਮੈਂਸ ਦੱਸ ਰਹੇ ਨੇ। ਦੇਖੋ ਜੀ ਪੰਜਾਬ ਕਮਾਲ ਹੈ ਜੀ, ਮਾਸ਼ਾ ਅੱਲਾ ਜੀ। ਚੋਈ ਸਾਹਿਬ ਦੋਸਤਾਂ ਦਾ ਕੋਈ ਤਾਰੁਫ ਵੀ ਕਰਾ ਦਿਓ ਜੀ। ਇਹ ਜੀ ਸਾਡੇ ਬੜੇ ਕਾਬਲ ਇਹਤਰਾਮ ਡਾਕਟਰ ਸਾਹਿਬ ਨੇ ਜੀ, ਅਸਲਾਮ ਅਲੈਕੁਮ ਜੀ, ਡਾਕਟਰ ਐਸ ਐਨ ਔਲਖ ਸਾਹਿਬ ਅਤੇ ਸਾਡੇ ਬੜੇ ਅੱਛੇ ਸ਼ੌਕੀਨ ਭਰਾ ਨੇ ਜੀ, ਅਤੇ ਬੜੇ ਅੱਛੇ ਕਬੂਤਰ ਪਰਵਰ ਨੇ। ਅਤੇ ਇਹ ਆਪਣਾ ਭਾਈ ਆਸਫ ਸਾਹਿਬ ਨੇ ਦੌਲਤਾਬਾਦ ਤੋਂ ਆਪਣਾ ਆਸਫ ਦੌਲਤਾਬਾਦ ਤੋਂ ਭਾਈ ਨੇ ਜੀ ਸਾਡੇ, ਮਾਸ਼ਾਅੱਲਾ ਬੜੇ ਅੱਛੇ ਦੋਸਤ ਨੇ। ਅਤੇ ਇਹ ਚੌਧਰੀ ਤਨਵੀਰ ਸਾਹਿਬ ਸੋਲਰ ਵਾਲੇ, ਇਹਨਾਂ ਵੀ ਮਾਸ਼ਾਅੱਲਾ ਇੱਥੇ ਬੜੀ ਅੱਛੀ ਛੱਤ ਨਵੀਂ ਬਣਾਈ ਹੈ ਜੀ, ਅੱਛਾ ਸ਼ੌਕ ਕਰਦੇ ਨੇ ਔਰ ਪਹਿਲੇ ਸਾਲ ਹੀ ਇਹਨਾਂ ਦਾ ਬੜਾ ਅੱਛਾ ਰਿਜ਼ਲਟ ਰਿਹਾ ਮਾਸ਼ਾਅੱਲਾ। ਅਤੇ ਬੜੀ ਖੁਸ਼ੀ ਹੋਈ ਹੈ, ਚਲੋ ਚਾਰ ਭਰਾ ਅਸੀਂ ਇਕੱਠੇ ਬੈਠੇ ਹਾਂ ਅੱਜ ਇੱਥੇ, ਅਤੇ ਉਸਤਾਦ ਰਾਂਦੇ ਆਪਣੇ ਦੇਰੇ ਸਾਇਆ ਸ਼ੌਕ ਹੋ ਰਿਹਾ ਸਾਡਾ, ਅਤੇ ਮਾਸ਼ਾਅੱਲਾ ਮਜ਼ਾ ਆ ਰਿਹਾ ਜੀ। ਅਤੇ ਬਾਕੀ ਦੋਸਤਾਂ ਨੂੰ ਸ਼ੌਕ ਵੀ ਕਰਾਉਂਦੇ ਹਾਂ, ਅਤੇ ਨਾਲ ਚਲੋ ਕੋਈ ਇਲਮ ਵਾਸਤੇ ਗੱਲਾਂ ਦਾ ਵੀ ਜੀ ਜੀ ਸਿਲਸਿਲਾ ਨਾਲ ਜਾਰੀ ਰਹੇਗਾ ਇਨਸ਼ਾਅੱਲਾ। ਲਓ ਜੀ ਉਸਤਾਦ ਇਮਰਾਨ ਸਾਹਿਬ ਦੀ ਤਰ੍ਹਾਂ ਮਤਵਜੋ ਹੁੰਦੇ ਹਾਂ ਜੀ। ਇਹ ਕਬੂਤਰ ਵੀ ਜੀ ਤੁਹਾਡਾ ਹੀ ਹੈ ਜੀ, ਇਹਦਾ ਤਾਰੁਫ ਵੀ ਕਰਾ ਦਿੰਦੇ? ਇਹ ਜੀ ਚੋਰੀ ਸਾਹਿਬ ਦੇ ਨੇ ਜੀ, ਇਸ ਟਾਈਮ ਸਾਰੇ ਉਹਨਾਂ ਦੇ, ਸਾਡੇ ਕੋਈ ਦੋ ਨਹੀਂ, ਇੱਕ ਹੀ ਗੱਲ 'ਤੇ ਹੀ ਤੁਹਾਡੀ ਸ਼ਿਰਕਤ ਜੋ ਹੈ ਤੁਹਾਡੇ। ਅਤੇ ਇਹ ਦੇਖੋ ਨਾ ਇਹਦੀ ਬਗਲ ਮਾਸ਼ਾਅੱਲਾ ਦੇ ਪਰ ਔਰ ਇਹਦੀ ਅੱਖੇ, ਇਹ ਬਗਲ ਪਟ ਹੈ ਜੀ? ਨਹੀਂ ਇਹ ਵੀ ਫਲਕ ਸ਼ੇਰ। ਅੱਛਾ ਇਹ ਫਲਕ ਸ਼ੇਰ, ਇਹ ਫਲਕ ਪਿਓਰ ਫਲਕ ਸ਼ੇਰ ਕਬੂਤਰ ਹੈ। ਇੱਕ ਮੇਰਾ ਕਬੂਤਰ ਉੱਡਿਆ ਹੈ ਮੇਰੇ ਕੋਲ 2010 'ਚ, ਹੱਬਾਂ ਨੂੰ ਮੈਂ ਕਹਿੰਦਾ ਸਾਂ, ਹੱਬਾ ਹੋ ਗਿਆ ਸੀ ਉਹ, ਬਹੁਤ ਉੱਡਿਆ ਉਹਦੀ ਕਾਫੀ ਔਲਾਦ ਵੀ ਹੈ, ਲੇਕਿਨ ਬੜੀ ਸ਼ਾਨਦਾਰ ਪੱਠਾ ਨਿਕਲਿਆ ਉਹਦਾ, ਇਹਦਾ ਪੰਜਾ ਵੀ ਦੇਖ ਲਓ ਤੁਸੀਂ, ਕਮਾਲ ਹੈ ਜੀ। ਹਾਂਜੀ ਔਰ ਅਸੀਂ ਇੱਕ ਚੀਜ਼ ਕਰਦੇ ਹਾਂ ਕਿ ਜਾਮਨੀ ਪੰਜੇ ਔਰ ਖੁਸ਼ਕ ਪੰਜੇ, ਇਹ ਜ਼ਰਾ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ, ਕਲਰ ਹੋਰ ਵੀ ਹੋਵੇ ਲੇਕਿਨ ਖੁਸ਼ਕ ਉਹਨੇ ਖੁਸ਼ਕੀ ਜਿਸ ਤਰ੍ਹਾਂ ਦੇ ਪੰਜਾਂ ਦੇ ਆਈ ਹੈ। ਇਹ ਕਬੂਤਰ ਅਸੀਂ ਅਜਮਾਇਆ ਕਿ ਇਹ ਕਬੂਤਰ ਜ਼ਾਇਆ ਨਹੀਂ ਹੁੰਦੇ, ਉਹਨਾਂ ਦੇ ਵਿੱਚ ਕੀ ਲੋਜਿਕ ਹੈ, ਅੱਲਾ ਦੀ ਜ਼ਾਤ ਹੀ ਬਿਹਤਰ ਜਾਣਦੀ ਹੈ। ਬਗਲ ਬਹੁਤ ਵਧੀਆ, ਦੁਮ ਦੇਖ ਲੋ ਕੈਸੀ ਸ਼ਾਨਦਾਰ। ਤੀਸਰਾ ਚੌਥਾ ਜੋੜਾ ਮਗਰ ਪੁਆਇੰਟ ਇੱਕ ਜੈਸੇ ਹੀ ਆ ਰਹੇ, ਪੁਆਇੰਟਾਂ ਦੇ ਕਬੂਤਰ ਨੇ ਉਹੀ ਆ ਰਹੇ ਸਾਰੇ। ਦੇਖੋ ਜਦੋਂ ਇਨਸਾਨ ਕੋਸ਼ਿਸ਼ ਕਰਦਾ, ਮਿਹਨਤ ਕਰਦਾ, ਤੇ ਅੱਲਾਹ ਤਾਲਾ ਜ਼ਿਆਦਾ ਬਰਕਤ ਪਾਉਂਦੀ ਹੈ, ਤੇ ਕਬੂਤਰਾਂ ਦੇ ਪਿੱਛੇ ਜਦੋਂ ਇੱਕ ਇਨਸਾਨ ਦੀ ਮਿਹਨਤ ਹੁੰਦੀ ਹੈ, ਐਡੀ ਆਸਾਨੀ ਨਾਲ ਨਹੀਂ ਕਬੂਤਰ ਬਣਦੇ। ਹੁਣ ਅੱਛਾ ਸ਼ੋਅ ਕਰਨ ਵਾਸਤੇ ਇਸ ਤਰ੍ਹਾਂ ਦੇ ਪਰਿੰਦੇ ਬਹੁਤ ਜ਼ਰੂਰੀ ਨੇ। ਅੱਛਾ ਜੋੜਾ ਲਾਉਣ 'ਚ ਯਾਨੀ ਕਿ ਥੋੜ੍ਹਾ ਜਿਹਾ ਤੁਸੀਂ ਉਹਦਾ ਜਿਹੜਾ ਹੈਗਾ ਨਾ ਫੜਕ ਰੱਖਦੇ ਜੇ ਨਰ ਮਾਦੀ ਦੇ ਵਿੱਚ? ਇਹ ਨਰ ਦੇਖੋ ਜੇ ਖੁਦ ਵੀ ਉੱਡਿਆ ਹੈ ਅਤੇ ਬੜਾ ਸ਼ਾਨਦਾਰ ਪਰਪੁਰਜ਼ੇ ਦਾ ਮਾਲਕ ਹੈ, ਇਹਨਾਂ ਨੇ ਪੇਰਿੰਗ 'ਚ ਥੱਲੇ ਉਤਾਰ ਲਿਆ ਟੈਡੀ ਕਬੂਤਰ। ਅੱਛਾ ਇਹਨਾਂ ਦੇ ਕੋਲ ਨਾ ਇੱਕ ਲਾਲਪਰੀ ਮਾਦੀ ਹੈ, ਮੋਸਟ ਫੇਵਰੇਟ, ਯਾਨੀ ਐਡੇ ਅੱਛੇ ਪੁਆਇੰਟਾਂ 'ਚ ਲਾਲਪਰੀ ਮਾਦੀ ਮੈਂ ਨਹੀਂ ਕਿਤੇ ਦੇਖੀ ਹਾਲੇ ਤੀਕਰ। ਹਾਂਜੀ ਉਹਦਾ ਬੜਾ ਰਿਜ਼ਲਟ, ਯਾਨੀ ਕਿ ਬਹੁਤ ਘੱਟ, ਯਾਨੀ ਰਿਜ਼ਲਟ ਤਾਂ ਚਲੋ ਉਹਦਾ ਬਾਅਦ 'ਚੋਂ ਆਇਆ, ਲੇਕਿਨ ਜਦੋਂ ਉਹਦੇ ਅਸੀਂ ਆਉਂਦੇ ਪਏ ਹਾਂ ਨਾ, ਉਹ ਮਾਦੀ ਜੈਸੀ ਬਾਡੀ ਬਹੁਤ ਘੱਟ ਪਰਿੰਦੇ ਹੀ ਨਜ਼ਰ ਆਉਂਦੀ, ਪਰ ਪੁਰਜ਼ਾ ਉਹਦਾ ਜਿਸਮ ਦੇਖ ਕੇ ਵੱਖਰਾ ਹੀ ਮਜ਼ਾ ਆਉਂਦਾ। ਉਹਦਾ ਸ਼ੌਕ ਕਰਾਓ, ਲਿਆਓ ਤਾਜ਼ੀ ਉਹ ਮਾਦੀ। ਹਾਂਜੀ ਉਹ ਜੋੜੀ ਲਿਆਓ ਲਾਲਪੁਰੀ ਜੀ, ਇਹ ਲਾਈਓ ਫੜ ਕੇ ਲਿਆਓ। ਅੱਛਾ ਉੱਥੇ ਹੀ ਆ ਜਾਈਏ ਤੁਹਾਡੇ ਕੋਲ, ਮੈਂ ਤਾਂ ਸਾਹਮਣੇ ਲੋਈ ਦੋਸਤੋ ਜੋੜਿਆ ਦਾ ਸ਼ੌਕ ਕਰਾ। ਇਹ ਨਾ ਬਗਲ ਪੱਟੀ ਮਾਦੀ ਹੈ, ਇਹ ਚੋਰ ਸਾਹਿਬ ਕੋਲ ਇਹਦੇ ਅੱਛੇ ਬੱਚੇ ਉੱਡੇ ਨੇ, ਔਰ ਮੇਰੇ ਕੋਲ ਇਹਦਾ ਸੱਕਾ ਭਰਾ 3 ਸਾਲ ਉੱਡਿਆ, ਲੇਕਿਨ ਉਹਦੀ ਬੈਡ ਲੱਕ ਆਇਆ ਸੀ ਕਿ ਉਹਨੇ ਮੋਹਰ ਨਹੀਂ ਖਾਧੀ। ਯਕੀਨ ਜਾਣੋ ਤੁਸੀਂ ਕਿ ਕਬੂਤਰਬਾਜ਼ਾਂ ਦੇ ਵਿੱਚ ਨਾ ਇੱਕ ਸਾਡੇ ਯਾਨੀ ਕਿ ਮੇਰੇ ਸਮੇਤ ਸਭ ਦੇ ਵਿੱਚ ਇੱਕ ਚੀਜ਼ ਹੈਗੀ ਕਿ ਛੋਟੀ ਗੱਲ ਨੂੰ ਅਸੀਂ ਵੱਡੀ ਕਰ ਦਿੰਦੇ ਹਾਂ, ਲੇਕਿਨ ਇਹਦਾ ਭਰਾ ਜੈਨੂਇਨ ਬਾਤ ਹੈ ਕਿ ਬੜੇ ਬੜੇ ਟੈਂਪਰੇਚਰ 'ਚ ਰਾਤ ਰਹਿ ਜਾਂਦਾ ਰਿਹਾ। ਜਿਸ ਸਾਲ ਮੁਸਾ ਭਾਈ ਸਾਡੇ ਕੋਲ ਲਾਹੌਰ ਆਏ ਨੇ, ਉਸ ਸਾਲ ਵੀ ਉਹ ਕਬੂਤਰ 5-5, 6-6 ਵਜੇ ਬਹਿ ਰਿਹਾ ਸੀ, ਉਹ 4-5 ਰਾਤਾਂ ਰਹਿ ਕੇ ਵੀ ਆਇਆ। ਅਤੇ ਇੱਕ ਦਿਨ ਬੜੀ ਗਰਮੀ ਸੀ ਅਤੇ ਮੁਸਾ ਭਾਈ ਮੌਜੂਦ ਸਨ ਉੱਥੇ, ਅਤੇ ਕਬੂਤਰ ਸੁਬਹਾ ਦੇ ਟਾਈਮ ਆ ਗਿਆ, ਮੈਗਨੇਟ ਨਾ ਰੱਖਿਆ ਸੀ ਉਹਦਾ। ਮੈਨੂੰ ਕਹਿੰਦੇ ਯਾਰ ਲੱਗਦਾ ਤੇਰਾ ਕਬੂਤਰ ਨਾ ਕਿਤੇ ਬਹਿ ਕੇ ਆਇਆ, ਐਡੀ ਗਰਮੀ ਕਬੂਤਰ ਨਹੀਂ ਰਾਤ ਰਹਿੰਦੇ ਹੁੰਦੇ। ਉਹ ਜਦੋਂ ਸੁਬਹਾ ਬੈਠਾ ਤਾਂ ਉਹ ਪੈਰਾਂ ਤੱਕ ਲਿਬੜਿਆ ਪਿਆ ਸੀ,
ਉਹਦੀ ਹਾਲਤ ਬੜੀ ਗੈਰ ਹੋਈ ਸੀ ਫਿਰ ਕਹਿਣ ਲੱਗੇ ਨੇ ਯਾਰ ਸੁੱਚਾ ਕਬੂਤਰ ਹੈ ਲੇਕਿਨ ਮੈਂ ਬੜਾ ਹੈਰਾਨ ਹਾਂ ਕਿ ਇੰਨੇ ਟੈਂਪਰੇਚਰ ਇਹ ਉਹਦੀ ਸੱਕੀ ਭੈਣ ਹੈ पहले दर्जे की नून हड्डी दूजे दर्जे की जी हाकी हड्डी तीसरे दर्जे की गुड हड्डी का जिक्र कर दे चेहरा मोहरा मैं बड़ा पसंद है खूबसूरती बड़ी चेहरे की जिथो ए स्टार्ट हो ना फलक शेर कोई गल नहीं कोई गल फैसल होटल वाली छत जी वजीराबाद ते असीं आए हैं हेलो जी ये मादी आई मेरे अच्छे और यकीन जानो कि मादी मैं जो देखना ना नशा आ जाता अच्छा मैं एक अच्छ बड़ी मज़ेदार गल कर लगा कि मैं अक्सर दोस्तों अपने कबूतर दिखाते हुए कि नून हड्डी इस तो वड्डी हड्डी नहीं होंगी ऐसी नून हड्डी इस मादी की कि इस नस्ल के ऐसा बदन ऐसी हड्डी मैं नहीं कभी देखी यानी कि ऐसी कबूतरी अल्लाह ताला ने जिंदगी तंदुरुस्ती दे सारी जिंदगी नहीं कबूतर मुक सकते कल्ली मादी तो अगर इंसान को थोड़ा जहा शौर हो चलान का वल हो ऐसी कबूतरी कि सारी जिंदगी कबूतरबाजी करो तो मुथाज ही नहीं दूसरे कबूतर नर तुम ऐसे लोरों दिता है हाँ जी है ना आया लेकिन नर भी नहीं जोड़ता नहीं है नर भी जोड़ डान से अच्छा जोड़ा लगा मादी मजीद असं अच्छा ला के बनावे और अगर चलावे इंशाल्लाह इन्होंने उन्होंने इतना का बच्चा जेठ से इन्हों को 7:33 7:34 तक हाँ जी जेठ जुड़े जेठ जुड़े फिर असू के कई परिवार 7 बजे तो बाद दिया नहीं तीन सीजन उड़े इन्हों का बच्चा लेकिन वो बावजूद मैं नंबर मादी नहीं दाँगा नर यही निस्बत दरमियाना अच्छा नर है लेकिन यदि निस्बत दरमियाना है बहुत वही क्लास की माती यानी कि अल्लाह तला जिंदगी दे कि कुछ परिंदे ऐसे होंगे ने जिंदगी जेड़े नहीं भुलते इन्हों की शर्त ऐसी माती है मैं जो देखना मेरा नशा पूरा हो जाता यानी कि कबूतरबाज में जो मेरे अच्छी आँदी एक लहरा जी फीलिंग महसूस होंगी है तो ऐसे कबूतर देख के वल आ जाता बंदा कबूतरबाजी का ऐसी अल्लाह तला ने जो खूबियां रखिया और बहुत घट परिंदे ऐसे जो याद रहते जो हर टाइम जेन नशीन रेंगे ना उन्होंने एक है मादी मादी घर की चोई साहब की या इन्होंने लाहौर इन्होंने लिया कितों बरहाल अच्छे कबूतर ये रंग देख के लाल परी कह रहे हो या वल्ला आलम मगर रंग लाल परी होगी हाँ जी चोई साहब वैसे रंग देख के ही कह रहे हो लाल परी नाम जो ना ਇਹ ਤੁਹਾਡਾ ਆਪਣਾ ਇੱਕ ਸ਼ੌਂਕ ਤੁਸੀਂ ਆਪਣੇ ਨਾਮ ਆਪਣੀ ਮੁਹੱਬਤ ਨਾਲ ਨਾਮ ਰੱਖਿਆ ਹੈ ਕੀ ਇਹ ਕਬੂਤਰੀ ਜੀ ਨਹੀਂ ਇਹ ਜਨਮਨ ਲਾਲਪੁਰੀ ਨੇ ਜੀ ਅੱਛਾ ਜੀ ਉਹ ਮੈਂ ਕਹਿੰਦਾ ਥੋੜਾ ਤਾਰ ਆਪਣਾ ਮੀਆਂ ਸਾਹਿਬ ਮੀਆਂ ਰੌਫ ਸਾਹਿਬ ਦੇ ਘਰ ਦੇ ਇਹ ਬਲੀਡ ਹੈ ਇਹ ਮੈਂ ਜਦੋਂ ਉਦੋਂ ਬਿਮਾਰ ਸਨ ਤੇ ਕਾਫੀ ਸਾਲ ਹੋ ਗਏ ਨੇ ਜੀ ਜੀ ਮੈਂ ਉਹਨਾਂ ਦੇ ਘਰੋਂ ਇਹ ਬਲੀਡ ਲੈ ਕੇ ਆਇਆ ਅੱਛਾ ਅੱਛਾ ਠੀਕ ਮੀਆਂ ਰੌਫ ਸਾਹਿਬ ਕੋਲ ਜੀ ਜੀ ਠੀਕ ਹੋ ਗਿਆ ਜੀ ਦੇਖੋ ਜਿਹਦਾ ਕਬੂਤਰ ਹੈ ਸਾਥ ਤੁਸੀਂ ਉਹਦਾ ਹੀ ਨਾਮ ਲਿਆ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਵੱਡਾ ਵੱਡਾ ਪੰਨ ਹੁੰਦਾ ਵੱਡਾ ਪੰਨ ਹੈ ਕੋਈ ਮਜ਼ਾਇਕਾ ਨਹੀਂ ਹੈਗਾ ਅੱਛਾ ਪਰਿੰਦਾ ਅੱਛਾ ਹੀ ਹੈ ਸਾਡੇ ਕਹਿੰਦੇ ਨੇ ਉਹਨੇ ਕਿਸੇ ਦਾ ਜਿਹਦਾ ਵੀ ਉਹਨੇ ਬੁਰਾ ਨਹੀਂ ਹੋਈ ਨਾ ਲੇਕਿਨ ਮੈਂ ਇਹਨੂੰ ਕ੍ਰੈਡਿਟ ਦਿੰਦਾ ਜੀ ਐਸੀਆਂ ਘੱਟ ਮਾਦੀਆਂ ਹੁੰਦੀਆਂ ਬਿਲਕੁਲ ਜਿੰਨੇ ਮਰਜ਼ੀ ਤੋਂ ਕਬੂਤਰ ਬਣਾ ਲਓ ਚਲਾ ਲਓ ਤੁਹਾਡੀ ਸਮਝ ਸੈਂਸ ਤੁਸੀਂ ਇਹਦੇ ਕੋਲੋਂ ਕਿੰਨਾ ਕੰਮ ਲੈਣਾ ਯਾਨੀ ਇਹਦੀ ਬਾਡੀ ਐਸੀ ਹੈ ਦੇਖ ਕੇ ਮਜ਼ਾ ਆ ਜਾਂਦਾ ਅੱਲਾਹ ਤਾਲਾ ਨੇ ਐਸਾ ਇਹਦੇ ਵਿੱਚ ਔਰ ਐਸੀ ਰੇਸ਼ਮ ਲਾਈ ਹੈ ਔਰ ਇਹਦਾ ਪਰ ਵੀ ਦੇਖੋ ਜਿਸ ਤਰ੍ਹਾਂ ਜੋਂਸਰੇ ਕੂਤਰ ਦਾ ਪਰ ਗੁਜ਼ਰਿਆ ਇਹ ਦੇਖੋ ਸਟ੍ਰੇਟ ਪਰ ਇਹਦਾ ਔਰ ਤੀਲੀ ਨੰਬਰ 1 ਔਰ ਬਗਲ ਕੈਸੀ ਜ਼ਬਰਦਸਤ ਹੈ ਯਾਨੀ ਕੂਤਰਬਾਜ਼ੀ ਕਰਨ ਵਾਸਤੇ ਨਾ ਹਜ਼ਾਰਾਂ ਪਰਿੰਦਿਆਂ ਦੀ ਜ਼ਰੂਰਤ ਨਹੀਂ ਹੁੰਦੀ ਐਸੇ ਦੋ ਚਾਰ ਪਰਿੰਦੇ ਇੱਥੇ ਆਇਆ ਹੱਥ 'ਚ ਆਈ ਜਾਣ ਅਤੇ ਅੱਲਾ ਬਰਕਤ ਪਾ ਦਿੰਦਾ ਹਲਕੀ ਜਿਹੀ ਗੁਲਾਬੀ ਅੱਖ ਦੀ ਹਾਂਜੀ ਹਲਕੀ ਜਿਹੀ ਗੁਲਾਬੀ ਅੱਖ ਇਹ ਦੇਖੋ ਗੁਲਾਬੀ ਅੱਖ ਹੈ ਬਹੁਤ ਕਰੀਮ ਆਦੀ ਹੈ ਹਾਂ ਨਹੀਂ ਨਹੀਂ ਵੀ ਇਹ ਮਾਨਾ ਭਾਈ ਨੂੰ ਜਰਾ ਉਧਰ ਭਾਈ ਜੀ ਦੇਖੋ ਮਾਦੀ ਜੀ ਉਸਤਾਦ ਮਾਨਾ ਜੰਜਾ ਵਾਲੇ ਜੀ ਸਮਝਿਆ ਉਹਨਾਂ ਦੇ ਹਾਂਜੀ ਉਸਤਾਦ ਜੀ ਸਾਲ ਹੋ ਰਹੀ ਜੀ ਹਾਂਜੀ ਉਸਤਾਦ ਜੀ ਕੀ ਹਾਲ ਹੈ ਠੀਕ ਠਾਕ ਪਾਸ ਕੀਤੀ ਇਹ ਮਾਦੀ कबूतर बहुत अच्छे ने माशाल्लाह तारीफ तो मेरे खुदा दी है लाल अखां दा कबूतर तुहाडा रिजल्ट है
उस्ताद इमरान बकर मंडेली छत हूं का नहीं कई साल तो हर साल बाजिया जेठ की बाजिया च भी आते हैं वड्डी कबूतरी जंजा ली बड़ा उड्डी तरीखी कबूतरी उड्डी है उस्ताद मुस्तफा अड्डे वाले ने डाई है अल्लाह तला अच्छे कबूतर साजी पहचानना यह भी हीरे को पछाणना भी जोरी का ही काम होंगे ना कोई कोई पछाणद उन्हें उ कबूतरी है जो फस्ट टाइम आए ने उस्ताद इमरान ने पसंद की फिर घरों लाहौरों कबूतर दिता है जोड़ा लवाया फिर जोड़े का रिजल्ट शामा तक बच्चे उड रहे हैं हूँ इन्हें इन्होंने इतों 1500 कबूतर चो 1300 कबूतर दड़विया ही दिता है तो यह कबूतर रखे ने सिलेक्ट करके हाँ जी हाँ जी हाँ जी हाँ जी हाँ जी बड़ा रिजल्ट है इस जोड़े का बड़ा रिजल्ट है जी तो जी ए शौक कराया जी हूँ जाने उस्ताद इमरान नर कि लाया जी ए अच्छा टैडी कबूतर लाया हाँ जी देखो शानदार कुंदा भी बगल ए भी बड़ा अच्छा है अपनी क्लास का कबूतर है भी अच्छा कबूतर है दिल की जी हाँ मैं उन्होंने फिर ही नंबर ज्यादा देना नंबर लाने के मोहताज नहीं हाँ जी हालांकि यह कबूतर बहुत अच्छा है यानी कि सुपर जोड़ा लगा लेकिन मैं कहना मगर साथ ही जोड़ा लाना भी तो एक फन है गल तुसी जोड़ा जरा लाया रे रिजल्ट आया अल्लाह ताला ने बरकत दी अल्लाह का शुक्र है कि बड़ा अच्छा जोड़ा है फिर मैं मेरा यानी अपनी सोच को जिड्डी अच्छी मारदी ना मजीद अच्छा नर ला के नर ला इहदे नाल ही बच्चे रखे ने सी बहुत आए ने मजीद असी होर अच्छा नर ला के कोशिश करांगे होर अच्छे सी बना लईए ताकि तुसी दो तीन चार नरां दे नाल असी उहदे बच्चे रख लांगे ये चलते रहेंगे खत्म नहीं होंगे हूँ मेरे को जिन्हें जोड़े ने यानी टोटल मैं कहना दो जोड़े तो बनाए ने वह इसी तरह ही बने ने एक अच्छा परिंदा आइए अच्छे एक दो तीन नर तुम्हें पाए ने तो वो सिलसिला चल जाता है हूँ मेरी कबूतरी सी बड़े वे रिजल्ट सन फिर वह मैं दो तीन तरह के नर लाए एक मैं वैशी कबूतर लाया वो तो सारा सिलसिला चलिया चिट्टे कबूतर जोड़े बने फिर एक मैं उन्होंने हीरा लाल कबूतर से मेरे को पुराना दिलावर खान साहब वाले कबूतर ना मेरे ताया जी के को पुराने उन्होंने चो पाया तो अल्लाह ताला ने बरकत पाई हाले तक चल रहे मेरे को यानी पिछले 17-18 साल तो मैं उड़ा रहा तो इस तरह ही है बड़ा अच्छा कबूतर है इन बच्चे भी बड़े उड़ रहे हैं लेकिन मेरी अपनी ख्वाहिश है कि मजीद अच्छा मजीद अच्छा ला के मजीद अच्छे रोक लो रोक लिते जा और अक्सर तुम जिक्र करते होंगे मेरे नाल भी कि अर्शद साहब दो तीन जोड़िया तो नस्ल बनाई दी उस्ताद माना भी तुम भी कि ज्यादा रश के नहीं बनती ब्रीड यह देखो ना यह कबूतर है यदा भी पर देख लो बगल देख लो पर बगल तो बाहर ही आ रहा देखो जीरा कबूतर है कसूरी पर बगल तो लेकिन यह भी बड़ा पसंदीदा कबूतर है जी शानदार कमगर कबूतर है और यदि अख दे जड़े बहुत शानदार है हाँ जी बड़े जबरदस्त जरात ने लेकिन उम्र के नाल बनते हैं जो कबूतर एजेंट हो जाए उम्र उम्र पंजा भी बड़ा शानदार है तो इस तरह के जो बंद कोई कबूतर जुड़न लग पे रिजल्ट भी खुद ब खुद अच्छा हो जाता अच्छा कबूतर ही मालक की इज्जत बना क्योंकि कोई भी बंदा ना बहुत वजी मोदी शानदार मोदी जी चोर साहब ने एक जोड़ा लाया मादी भी अच्छा जी मजा आ गया बहुत वजिया जोड़ा लाया जी मादी भी बड़ी सुपर जी जोड़ा ला तो सानू पता लग गया पहला जोड़े बहुत बेहतरीन जोड़ा लगा जी बड़ा पसंद आया बड़ी रेशम मुलायम और शानदार जोड़ने ਜਿਹੜੇ ਸਭ ਤੋਂ ਫੇਵਰਿਟ ਜੋੜਨੇ ਨੇ ਜਿਹੜੇ ਮੈਂ ਉਹ ਕਿੰਨਾ ਕੋ ਲਾਕ ਵਾਲੇ ਜੀ ਜੀ ਲਾਕ ਵਾਲੇ ਬੜੇ ਵਧੀਆ ਜੋੜਨੇ ਨੇ ਔਰ ਬੜੀ ਰੇਸ਼ਮ ਲਾਈ ਮੈਂ ਪਰ ਪੁਰਜ਼ਾ ਤੀਲੀ ਹਰ ਸ਼ਹਿਰ ਦੀ ਬੜੀ ਬਿਹਤਰੀਨ ਹੈ ਔਰ ਅਲਹਮਦੁਲਿਲਾ ਦਿਹਾੜੀ ਬੱਚੇ ਡਾਣ ਵਾਲੀ ਮਾਦੀ ਹੈ ਜਿਸ ਮਰਜ਼ੀ ਰੰਗ ਔਰ ਨਸਲ ਵਿੱਚ ਹੋਵੇ ਉਸਤਾਦ ਜੀ ਜਿਹੜਾ ਕਬੂਤਰ ਦੇ ਪੁਆਇੰਟ ਅੱਛੇ ਨੇ ਫਿਰੋਜ਼ਪੁਰੀ ਕਬੂਤਰ ਮੇਰੇ ਸਭ ਤੋਂ ਫੇਵਰਿਟ ਨੇ ਲੇਕਿਨ ਬਦਕਿਸਮਤੀ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਅੱਛੇ ਪੁਆਇੰਟਾਂ ਮਿਲਦੇ ਨਹੀਂ ਹੁਣ
ਹੁਣ ਐਡੀ ਲੈਂਥ ਹੈ ਦੇਖੋ ਸਕੂਟਰ ਦੀ ਲੈਂਥ ਵੀ ਇਹ ਫਿਰ ਖਰਾਬ ਨਹੀਂ ਹੋਇਆ ਕੁੰਦਾ ਕੁੰਦੇ ਦਾ ਬੈਲੈਂਸ ਬੜਾ ਜ਼ਬਰਦਸਤ ਹਾਂਜੀ ਔਰ ਤੀਲੀ ਬੜੀ ਸ਼ਾਨਦਾਰ ਹੈ ਦੇਖੋ ਨਾ ਇਹ ਚਮਕ ਐਸੀ ਆ ਰਹੀ ਪਰ ਦੇ ਉੱਤੇ ਸਭ ਤੋਂ ਵਧੀਆ ਤੀਲੀ ਹੈ ਨੋਕਦਾਰ ਪਰ ਨੇ ਹਾਂ ਉਹਦੀ ਦੁਮ ਸ਼ੁਮ ਹਰ ਸ਼ੈ ਇਹ ਦੇਖੋ ਨਾ ਇਧਰੋਂ ਹੀ ਪਰ ਇਹਦੇ ਲਾਜਵਾਬ ਪਰ ਹੈ ਜੀ ਅੱਛਾ ਸਭ ਤੋਂ ਜ਼ਿਆਦਾ ਪਰ ਜਿਹੜਾ ਚਪਟੀ ਤੀਲੀ ਨਾ ਤੁਸੀਂ ਨੋਕਾਂ ਵਾਲੇ ਪਸੰਦ ਕਰਦੇ ਹਾਂਜੀ ਹਾਂਜੀ ਇਹ ਦੇਖੋ ਨਾ ਹਾਂਜੀ ਕੀ ਬਾਤ ਹੈ ਇਹਦੀ ਅੱਖ ਵੀ ਦੇਖੋ ਬਹੁਤ ਹੀ ਸ਼ਾਨਦਾਰ ਕਬੂਤਰ ਹੈ ਫਿਰੋਜ਼ਪੁਰੀ ਇਹ ਨਹੀਂ ਕਿ ਇਸ ਮੇਰੇ ਕੋਲ ਯਾਨੀ ਐਦ ਮੇਰੀ ਤਾਰੀਫ ਕਰ ਰਹੇ ਇਹਦੇ 'ਚ ਖੂਬੀਆਂ ਹੀ ਐਸੀਆਂ ਨੇ ਅੱਲਾਹ ਤਾਲਾ ਨੇ ਪਾਈਆਂ ਔਰ ਬੜੇ ਹੀ ਮੁਲਾਇਮ ਹੈ ਬਿਹਤਰੀਨ ਹੱਡੀ ਦਾ ਮਾਲਕ ਹੈ ਉਹਦੇ ਦਾ ਪੰਜਾ ਵੀ ਦੇਖੋ ਕਿਸਾ ਉਹੀ ਪੰਜਾ ਯਾਨੀ ਕਿ ਜਾਣਾ ਵੀ ਗਾ ਲੈਂਦਾ ਸੀ ਇਹਦਾ ਬੱਚਾ ਨਹੀਂ ਜਾਇਆ ਹੋਏਗਾ ਤੁਸੀਂ ਅਗਰ ਘੰਟਾ ਭਾ ਕੇ ਵੀ ਡਾ ਦਿਓ ਤਾਂ ਅੱਲਾਹ ਦੇ ਫਜ਼ਲ ਨਾਲ ਇਹਦਾ ਬੱਚਾ ਨਹੀਂ ਜਾਏਗਾ ਤੇ ਬਚਪਨ ਚ ਬੜਾ ਛੱਪ ਰਹੇ ਬੜਾ ਅੱਛਾ ਉਹਨਾਂ ਉਡਾਰ ਦਿੱਤੀ ਹੈ ਇਨਸ਼ਾਅੱਲਾ ਜੇਡ ਚ ਵੀ ਅੱਲਾ ਕਰੇ ਤੇ ਬਿਹਤਰ ਰਿਜ਼ਲਟ ਹੋਣ ਦੀ ਉਮੀਦ ਹੈ ਸਾਨੂੰ ਇਨਸ਼ਾਅੱਲਾ ਨੇ ਸਾਡੇ ਸਾਡੇ ਮੋਹਰਮ ਦੇ ਹੱਥ ਦਾ ਜੋੜਾ ਲੱਗੇ ਆ ਤੇ ਅੱਲਾ ਆਪ ਹੀ ਬਰਕਤ ਪਾ ਦਿੰਦਾ ਜੀ ਇਹ ਧੀਏ ਮੈਂ ਲਾਲਪੁਰ ਦੀ ਬੁੱਢੀ ਜੀ ਲੱਗਦੀ ਮੈਨੂੰ ਅੱਜ ਉਹ ਹੀ ਇੰਜ ਮਾਂ ਲਈ ਮਜ਼ਾ ਆਇਆ ਜੀ ਇਹ ਪੱਠੀ ਉਹਦੀ ਬੱਚਾਈ ਹੈ ਤਕਰੀਬਨ ਮਾਂ ਦੇ ਕਰੀਬ ਤਰੀਨ ਨਿਕਲੀ ਹੈ ਮਜ਼ਾ ਆ ਗਿਆ ਪੱਠੀ ਦੇਖ ਕੇ ਔਰ ਅੱਲਾ ਦੇ ਫਜ਼ਲ ਨਾਲ ਬੜਾ ਕਾਮਯਾਬ ਜੋੜਾ ਹੋਏਗਾ ਇਹ ਦੇਖੋ ਇਹ ਉਹਦੀ ਪੱਠੀ ਹੈ ਬਹੁਤ ਹੀ ਕਰੀ ਨਿਕਲੀ ਯਾਨੀ ਜਿੱਡੀ ਅੱਛੀ ਮਾਂ ਹੈ ਉੱਡੀ ਅੱਛੀ ਧੀ ਨਿਕਲੀ ਹੈ ਔਰ ਮਜ਼ਾ ਵੀ ਰੱਖਣਾ ਵੀ ਇਸ ਤਰ੍ਹਾਂ ਦੇ ਪਰਿੰਦਾ ਚਾਹੀਦਾ ਜਿਹੜਾ ਜਾਂ ਤਾਂ ਮਾਂ ਬਾਪ ਤੋਂ ਅੱਛਾ ਹੋਵੇ ਅਤੇ ਜਾਂ ਮਾਂ ਬਾਪ ਦੀ ਟੱਕਰ ਦਾ ਹੋਵੇ ਅਤੇ ਅਗਰ ਤੁਸੀਂ ਜਿਹੜਾ ਕੋਈ ਪੁਆਇੰਟਾਂ ਦਾ ਬਿਲ ਫਰਜ਼ ਇਹਨਾਂ 'ਚ ਹਲਕਾ ਨਿਕਲ ਆਉਂਦਾ ਉਹਨੂੰ ਨਹੀਂ ਰੱਖਣਾ ਚਾਹੀਦਾ ਉਹਨੂੰ ਡਾਂਡ ਲਈ ਛੱਡ ਲਓ ਡਾਂਡ ਦਾ ਵੀ ਸਾਰਾ ਸ਼ੌਕ ਕਰਨਾ ਪਰ ਖਰਾਬੀ ਇਹੋ ਹੀ ਹੁੰਦੀ ਕਿ ਜੋ ਤੁਸੀਂ ਇੱਕ ਅੱਛਾ ਉੱਡਿਆ ਫਿਰ ਸਾਰੀ ਕੱਟੀ ਜਾਓ ਉਹਨਾਂ ਤੋਂ ਫਿਰ ਯਾਨੀ ਕਿ ਖਾਲੀ ਨਾਮ ਦੇ ਪਿੱਛੇ ਨਾ ਜਾਓ ਪੁਆਇੰਟ ਹੀ ਭਾਵੇਂ ਕੋਈ ਕਹੀ ਜਾਵੇ ਕਿ ਭਾਈ ਮੇਰੇ ਬਤਰਾ ਫਲਾਣੀ ਬਰੀਡ ਹੈ ਫਲਾਣੀ ਬਰੀਡ ਹੈ ਭੈਣ ਭਰਾ ਉੱਡ ਰਹੇ ਲੇਕਿਨ ਜਿਹੜੀ ਇਹ ਜੋੜਿਆਂ ਸੇ ਰੱਖੀ ਨਾ ਪੂਰੀ ਮਾਂ ਦੀ ਕਾਪੀ ਹੈ ਯਾਨੀ ਮਾਂ ਦੇ ਬਿਲਕੁਲ ਕਰੀਬ ਤਰੀਨ ਹੈ ਇਸ ਤਰ੍ਹਾਂ ਦੀ ਪੈਂਦਾ ਹੋਵੇ ਤੁਹਾਨੂੰ ਭੈਣ ਯਾਨੀ ਕਿ ਪੁਆਇੰਟ ਵੇਖ ਕੇ ਤੁਸੀਂ ਇਹਨੂੰ ਰੋਕਿਆ ਸੀ ਤੇ ਉਹ ਰੇਸ਼ਮ ਮੁਲਾਇਮ ਪੂਰੀ ਜੱਤਲ ਮਾਦੀ ਹੈ ਇੰਜ ਪਸ਼ਮ ਵਿੱਚ ਫੜ ਲਈ ਅਸੀਂ ਮੁਲਾਇਮ ਨਿਕਲੀ ਸੀ ਜੀ ਜੀ ਮਾਨੇ ਭੈਣ ਨੂੰ ਦੱਸ ਪੁੱਛ ਦੇ ਖਬਰ ਆ ਜਾਓ ਹਾਂਜੀ ਮਾਨਾ ਭੈਣ ਕਿਸੇ ਲੱਗੀ ਮੈਂ ਟੱਕਰ ਵੀ ਹੋ ਗਿਆ ਹਾਂਜੀ ਸਾਹ ਜੀ ਫਾਦਰੀ ਕਹਿੰਦੇ ਪੰਜ ਛੇ ਦੇ ਪੱਠੇ ਪੱਠੀਆਂ ਨਿਕਲੇ ਸਨ ਲਾਲਪੁਰੀ ਜੋੜੇ ਦੇ ਲਾਲਪੁਰੀ ਮਾਦੀ ਫਿਰ ਇਹ ਇੱਕ ਉਹਨਾਂ ਚੋਂ ਅੱਛੇ ਪੁਆਇੰਟ ਆ ਦੀ ਸੀ ਇਹ ਰੋਕੀ ਹੈ ਇਹਦਾ ਰਿਜ਼ਲਟ ਅੱਗੋਂ ਅੱਛਾ ਆ ਰਿਹਾ ਮਾਰੇ ਜੋੜ ਦੀ ਨਿਕਲੀ ਤਾਂ ਰੋਕੀ ਹੈ ਤਾਂ ਜੋੜਿਆਂ 'ਚ ਆਈ ਹੈ ਹਾਂਜੀ ਪੁਆਇੰਟ ਰਿਜ਼ਲਟ ਤੋਂ ਅੱਗੇ ਤਾਂ ਕੁਛ ਨਹੀਂ ਹੈ ਜੀ ਰਿਜ਼ਲਟ ਇੱਥੇ ਬਿਹਤਰੀਨ ਆ ਰਿਹਾ ਇਹਨਾਂ ਦਾ ਜੋੜੇ ਦਾ ਕਬੂਤਰ ਨੰਬਰ ਆਉਂਦਾ ਹੋਰ ਭਾਅ ਜੀ ਬੜੇ ਅੱਛੇ ਕਬੂਤਰ ਗਏ ਨੇ ਲੇਕਿਨ ਕੁਛ ਕਬੂਤਰ ਹੁੰਦੇ ਨੇ ਜਿਹੜੇ ਤੁਹਾਡੇ ਜ਼ਿਹਨ ਨਸ਼ੀਨ ਰਹਿੰਦੇ ਨੇ ਹਰ ਵਕਤ ਉਹਨਾਂ 'ਚ ਕਿਹਾ ਕਬੂਤਰ ਦਾ ਸ਼ੁਮਾਰ ਹੈ ਅਲੀ ਵਾਲਾ ਕਬੂਤਰ ਹਾਂਜੀ ਐਡੀ ਇਸ ਨਸਲ ਦੇ ਵਿੱਚ ਐਡੇ ਅੱਛੇ ਪੁਆਇੰਟਾਂ ਦੇ ਪਰਿੰਦੇ ਘੱਟ ਨਜ਼ਰ ਆਉਂਦੇ ਨੇ ਅਲੀ ਵਾਲੇ ਨਜ਼ਰ ਆਉਂਦੇ ਨੇ ਖਰਾਬ ਹੋਏ ਕਬੂਤਰ ਜ਼ਿਆਦਾ ਜਿਹਨਾਂ 'ਚ ਲੋਕਾਂ ਨੇ ਯਾਨੀ ਗਲਤ ਪਰ ਪਾ ਪਾ ਕੇ ਉਹਨੂੰ ਖਰਾਬ ਕਰ ਲਿਆ ਇਹ ਬੜੀ ਬਿਹਤਰੀਨ ਪਰ ਪੁਰਜੇ ਦਾ ਮਾਲਕ ਹੈ ਯਾਨੀ ਇਹ ਵੀ ਬੜੇ ਕਬੂਤਰ ਬਣਾਉਣ ਵਾਲਾ ਕਬੂਤਰ ਹੈ ਜੀ ਮੋਸਟ ਫੇਵਰੇਟ ਕਬੂਤਰ ਹੈ ਐਡੇ ਅੱਛੇ ਕਬੂਤਰ ਘੱਟ ਨਜ਼ਰ ਆਉਂਦੇ ਨੇ ਪਿੱਛੇ ਜੇ ਅਸੀਂ ਆਏ ਤਾਂ ਕਈ ਇਹ ਦੇਖੋ ਕੈਸੇ ਕੈਸੇ ਪੰਜੇ ਨੇ ਇਹ ਪੰਜਾ ਤੁਹਾਨੂੰ ਯਾਨੀ ਤੁਸੀਂ 10-15 ਹਜ਼ਾਰ ਕਬੂਤਰ ਸ਼ੋਅ ਕਰਾਓਗੇ ਤਾਂ ਸ਼ਾਇਦ ਕਿਸੇ ਦਾ ਇਹੋ ਜਿਹਾ ਪੰਜਾ ਹੈ ਐਸਾ ਮਜ਼ਬੂਤ ਪੰਜਾ ਜਿਹੜੇ ਪੁਰਾਣੇ ਕਬੂਤਰ ਸਨ ਉਹਨਾਂ ਦੇ ਪੰਜਾਂ ਦੇ ਇਹ ਅਸੀਂ ਖੁਸ਼ਕੀ ਦਾ ਅਕਸਰ ਜ਼ਿਕਰ ਕਰਦੇ ਹਾਂ ਲੇਕਿਨ ਇੰਨੀ ਜ਼ਿਆਦਾ ਮੇਰਾ ਖਿਆਲ ਹੈ ਮੈਂ ਲਾਈਫ 'ਚ ਹੀ ਕੋਈ 6-7 ਕਬੂਤਰ ਦੇਖਿਆ ਜੀ ਜਿਹਦੇ ਪੰਜੇ ਇਸ ਤਰ੍ਹਾਂ ਦੇ ਨੇ ਇਹ ਨਹੀਂ ਪੰਜੇ ਨਜ਼ਰ ਆਉਂਦੇ ਹਾਂਜੀ ਅਤੇ ਪੀਲੇ ਹੋਏ ਵੀ ਨੇ ਇੰਨੇ ਖੁਸ਼ਕ ਨੇ ਅਜੇ ਅੱਛੇ ਪੁਆਇੰਟਾਂ ਦਾ ਸੀ ਤੇ ਤੁਸੀਂ ਇਹਨੂੰ ਇੱਥੇ ਰੱਖਿਆ ਜੀ 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 ਬਹੁਤ ਵਧੀਆ ਕਬੂਤਰ ਹਸੀਨੋ ਜਮੀਲ ਤੇ ਬੜੇ ਆਏ ਤੇ ਬੜੇ ਗਏ ਇੱਥੇ ਅਜੀ ਬਸ ਸਾਡਾ ਸ਼ੌਕ ਹੈਗਾ ਪੁਆਇੰਟਾਂ ਦਾ ਮਾਦੀ ਅੱਛੀ ਲਾਈ ਹੈ ਡਾਂ ਨਾਲ ਸੇ ਲੇਕਿਨ ਮਜ਼ੀਦ ਉਹਨਾਂ ਅਸੀਂ ਚੇਂਜ ਕਰਾਂਗੇ ਅੱਛੇ ਪਰ ਪੁਰਜੇ ਦੀ ਹੈ ਲੇਕਿਨ ਅਗਰ ਉਹਨੂੰ ਬਣਾਉਣਾ ਹੈ ਨਾ ਤੇ ਅਸੀਂ ਮਾਦੀ ਉਹਨਾਂ ਇਨਸ਼ਾਅੱਲਾ ਕੋ ਚੇਂਜ ਕਰਾਂਗੇ ਹਾਂ ਜਿਹੜੀ ਪਹਿਲੀ ਮਾਦੀ ਅਸੀਂ ਲਾਈ ਸੀ ਨਾ ਉਹ ਕਬੂਤਰ ਇਹਨਾਂ ਕੋਲ ਬੜਾ ਕੀਮਤੀ ਹੈ ਉਹਨਾਂ ਲਾਤੀ ਹੈ ਤੇ ਵਕਤੀ ਤੌਰ ਦੇ ਨਾਲ ਟੈਂਪਰੇਰੀ ਹੈ ਮਾਦੀ ਲਈ ਹੈ ਡਾਂ ਵਾਲੀ ਬੜੀ ਬਿਹਤਰੀਨ ਇਹਨਾਂ ਦੇ ਘਰ ਦੀ ਪੁੱਠੀ ਟੇਢੀ ਯਾਨੀ ਕਿ ਕਬੂਤਰ ਇਹ ਬਣਾਉਣ ਵਾਲਾ ਹੈਗਾ ਯਾਨੀ ਕਿ ਵਾਲਾ ਕਬੂਤਰ ਜਿਹੜਾ ਤੁਸੀਂ ਲਾਣਾ ਚਾਹੁੰਦੇ ਹੋ ਇਹ ਵੀ ਸ਼ਾਮਾ ਬੱਚੇ ਡਾਏਗੀ ਨਾਲ ਉਹਦੇ ਲੇਕਿਨ ਮੈਂ ਚਾਹੁੰਦਾ ਜੋ ਉਮਰ ਸੀ ਦਾ ਕਬੂਤਰ ਹੋ ਗਿਆ ਤਾਂ ਕੁਝ ਬਣਾ ਲਈਏ ਦੋ ਚਾਰ ਬੱਚੇ ਕਬੂਤਰ ਹੁਣ ਕਬੂਤਰ ਨਹੀਂ ਹੈਗੇ
ਕੱਟਣ ਵਾਸਤੇ ਤੁਸੀਂ ਜੋੜਾ ਲਾਉਣਾ ਚਾਹੁੰਦੇ? ਹਾਂਜੀ ਹਾਂਜੀ, ਇਹਨੇ ਕੁਛ ਸਾਰੇ ਨਹੀਂ ਹੁੰਦੇ ਪਰਿੰਦੇ, ਕੁਛ ਇੱਕ ਦੋ ਪਰਿੰਦੇ ਐਸੇ ਹੁੰਦੇ ਨੇ ਜਿਹਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਯਾਰ ਇਹਨਾਂ ਨੂੰ ਚਲਾਈਏ, ਖਤਮ ਨਾ ਹੋਣ। ਕਬੂਤਰ ਸਾਹ ਵਾਲੀ ਚੀਜ਼ ਹੈ, ਜਦੋਂ ਇਨਸਾਨ ਦਾ ਕੋਈ ਪਤਾ ਨਹੀਂ ਐਕਸਪਾਇਰ ਹੋ ਜਾਂਦੇ ਨੇ, ਅਤੇ ਕੋਸ਼ਿਸ਼ ਕਰੀਦੀ ਕਿ ਚੱਲ ਯਾਰ ਅੱਛਾ ਪਰਿੰਦਾ ਉਹਦਾ ਅੱਗੋਂ ਸਿਸਟਮ ਚੱਲਦਾ ਰਹੇ, ਉਹ ਨਸਲ ਸਾਡੇ ਕੋਲ ਮੌਜੂਦ ਹੋਵੇ। ਕੋਈ ਵੀ ਨਸਲ ਇਸੇ ਤਰ੍ਹਾਂ ਹੀ ਉਹ ਵਜੂਦ ਜਾਂਦੀ ਹੈ, ਤੁਸੀਂ ਉਹਦੇ ਪਿੱਛੇ ਇੱਕ ਮਿਹਨਤ ਕਰਦੇ ਹੋ, ਕੋਸ਼ਿਸ਼ ਕਰਦੇ ਹੋ। ਹੁਣ ਤੁਸੀਂ ਜ਼ਿਕਰ ਕਰਦੇ ਹੁੰਦੇ ਕਿ ਅਕਸਰ ਕੱਟਣ ਵਾਸਤੇ ਵੀ ਜੋੜਾ ਲਾਉਂਦੇ ਹੋ ਘਰ ਵੀ, ਕਿ ਅਰਸ਼ਦ ਸਾਹਿਬ ਕੱਟਣ ਵਾਸਤੇ ਜੋੜਾ ਲਾਇਆ, ਉਹ ਵੀ ਇੱਕ ਜੈਸੇ ਮਿਆਰ ਦੇ ਬੱਚੇ ਨਹੀਂ ਨਿਕਲਦੇ? ਉਹਦੇ ਵਿੱਚ ਵੀ ਆਉਂਦਾ ਨਾ ਕਿ ਚਾਰ ਬੱਚੇ ਨਿਕਲੇ ਨੇ ਨਾ। ਹਾਂਜੀ, ਉਹ ਜਿਹੜੇ ਤੁਸੀਂ, ਮੈਂ ਪਹਿਲੇ ਗੱਲ ਕੱਢੀ ਸੀ, ਪਹਿਲੀਆਂ ਝੋਲਾਂ ਦੇ ਤੁਸੀਂ ਜ਼ਿਕਰ ਕਰਦੇ ਹੋ ਕਿ ਜਿਹੜੇ ਅਕਸਰ ਮੈਂ ਜੋੜਾ ਲਾ ਕਬੂਤਰ ਜਦੋਂ ਨਾ ਪਾਵਰ 'ਚ ਹੁੰਦੇ ਨੇ ਨਾ, ਉਹਨਾਂ ਦੇ ਤੁਸੀਂ ਕਹਿ ਲਓ ਕਿ ਜਰਾਸੀਮ ਜਰਾ ਤਾਕਤ 'ਚ ਹੁੰਦੇ ਨੇ, ਜਿਹੜੇ ਪਹਿਲੇ ਚਾਰ ਛੇ ਬੱਚੇ ਸਾਹਮਣੇ ਆਉਂਦਾ ਜੀ, ਸਾਹਮਣੇ ਆਉਂਦਾ ਸਾਰੇ ਸਾਰੇ ਦੋਸਤ ਬੈਠੇ ਨੇ। ਲਓ ਜੀ, ਹਾਂਜੀ, ਹੁਣ ਤੁਸੀਂ ਜ਼ਰਾ ਜ਼ਿਕਰ ਕਰ ਰਹੇ ਕੱਟਣ ਵਾਸਤੇ ਜਿਹੜੇ ਜੋੜੇ ਲਾਉਂਦੇ ਹੈ, ਉਹਨਾਂ ਅਕਸਰ ਹੁੰਦਾ ਕਿ ਦੋ ਤਿੰਨ ਝੋਲਾਂ ਉਹਨਾਂ ਦੇ ਯਾਨੀ ਜਰਾਸੀਮ ਮਜ਼ਬੂਤ ਤਾਕਤ 'ਚ ਹੁੰਦੇ ਨੇ ਜੀ ਜੀ, ਅਤੇ ਉਹ ਐਸੇ ਬੱਚੇ ਕੱਢ ਦਿੰਦੇ ਨੇ ਕਿ ਦੁਬਾਰਾ ਉਹ ਕੱਢਦੇ ਹੀ ਨਹੀਂ, ਪੁਆਇੰਟਾਂ ਦੇ ਐਸੇ ਕੱਢ ਦਿੰਦੇ ਨੇ, ਉਹ ਵੀਕਨੈਸ ਆ ਜਾਂਦੀ ਹੈ। ਬਾਅਦ 'ਚ ਵੀਕਨੈਸ ਆ ਜਾਂਦੀ, ਫਿਰ ਉਹਦਾ ਹੱਲ ਬਿਹਤਰੀ ਹੁੰਦਾ, ਜਾਂ ਤਾਂ ਜੋੜੇ ਨੂੰ ਰੈਸਟ ਦੇ ਦਿਓ, ਜਾਂ ਉਹਨਾਂ ਨੂੰ ਪਾੜ ਕੇ ਲਾ ਦਿਓ, ਲਹਿਰਾ ਲਹਿਰਾ ਲਾ ਦਿਓ, ਫਿਰ ਦੁਬਾਰਾ ਲਾਓਗੇ, ਫਿਰ ਉੱਚੇ ਬੱਚੇ ਕੱਢ ਦਿੰਦੇ। ਤੁਹਾਡੇ ਕੋਲ ਕਈ ਵਾਰੀ ਪੁੱਛਿਆ ਹੈ ਬੱਚੇ ਉੱਡ ਰਹੇ, ਤੁਸੀਂ ਕਹੇ ਜੋੜਾ ਤੋੜਤਾ? ਬਿਹਤਰੀਨ ਫਨ ਹੈ ਇਹ, ਮੇਰੇ ਅਕਸਰ ਹੁੰਦਾ ਕਿ ਛਾਤੇ ਬੱਚੇ ਉੱਡ ਰਹੇ ਹੁੰਦੇ, ਹਾਂਜੀ ਤੁਸੀਂ ਕਹਿੰਦੇ ਦੋਸਤ ਪੁੱਛਦੇ ਨੇ ਜੋੜਾ, ਮੈਂ ਮੈਨੂੰ ਮਜ਼ਾਕ ਨਾਲ ਛੇੜਦੇ ਸਾਹ ਜੀ, ਕੋਈ ਚੰਗਾ ਲੱਗਾ ਨਾ ਰਹਿਣ ਦੇ, ਪਰ ਮੈਂ ਕਹਿੰਦਾ ਯਾਰ ਜਦੋਂ ਮਿਆਰ ਖਰਾਬ ਹੋਣ ਲੱਗ ਜਾਂਦਾ ਮੈਨੂੰ ਫਿਰ ਮਜ਼ਾ ਨਹੀਂ ਆਉਂਦਾ, ਅੱਜ ਬੱਚਾ ਫੜ ਕੇ ਮੈਂ ਤੋੜ ਦਿੰਦਾ ਮੇਰੀ ਇੱਕ ਤਬੀਅਤ, ਅਤੇ ਮੈਂ ਫਿਰ ਉਹ ਜੋੜੇ ਨੂੰ ਵਾਪਸ ਰਿਪੀਟ ਕਰਨਾ ਜ਼ਰੂਰ ਆ, ਲੇਕਿਨ ਥੋੜ੍ਹਾ ਟਾਈਮ ਦੇ ਕੇ, ਜਾਂ ਉਹਨੂੰ ਲਹਿਦਾ ਲਹਿਦਾ ਕਰ ਦਿੱਤਾ, ਕਿਉਂਕਿ ਮੈਨੂੰ ਯਾਦ ਹੈ ਉਸਤਾਦ ਮਾਨਾ ਜਾਂ ਮੈਂ ਅਸੀਂ ਬੈਠੇ ਹੁੰਦੇ ਸਾਹ ਜੀ, ਆ ਬੱਚੇ ਉੱਡ ਰਹੇ ਨੇ, ਇਹ ਜੋੜਾ ਤੁਸੀਂ ਕਹਿੰਦੇ ਉਹ ਜੋੜਾ ਤਾਂ ਮੈਂ ਤੋੜਤਾ, ਉਹ ਬੱਚੇ ਹੁਣ ਉਸ ਲੈਵਲ 'ਤੇ ਨਹੀਂ ਸੀ ਕੱਢ ਰਿਹਾ ਰੈਸਟ ਦੇਗੀ, ਜਾਂ ਮੈਂ ਪਾੜ ਕੇ ਲਾਵਾਂਗਾ ਫਿਰ ਦੁਬਾਰਾ ਲਾ, ਇੱਕ ਤੁਸੀਂ ਜ਼ਿਕਰ ਵੀ ਕਰਦੇ ਹੁੰਦੇ ਦੁਬਾਰਾ ਕਿ ਉਹਨੂੰ ਪਾੜ ਕੇ ਲਾ ਕੇ ਉਹਨੂੰ ਫਿਰ ਦੁਬਾਰਾ ਜਦੋਂ ਲਾਓਗੇ, ਇਹ ਵੀ ਜ਼ਰਾ ਥੋੜ੍ਹਾ ਦੱਸੋ। ਅੱਛਾ, ਫਿਰ ਇਨਸ਼ਾਅੱਲਾ ਉਹ ਰਿਜ਼ਲਟ ਦੇਣ ਲੱਗ ਪੈਂਦੇ ਨੇ, ਅਤੇ ਇਹਨਾਂ ਕੀ ਥੋੜ੍ਹੀ ਜਿਹੀ ਗੌਰਵ ਫਿਕਰ ਹੁੰਦੀ, ਹੋਰ ਕੋਈ ਨਹੀਂ ਹੈਗਾ, ਅਤੇ ਖਰਾਬੀ ਜ਼ਿਆਦਾ ਉਦੋਂ ਹੀ ਹੁੰਦੀ ਜਦੋਂ ਤੁਸੀਂ ਇੱਕ ਹੀ ਜੋੜੇ ਦੇ ਸਾਰੇ ਕੱਟੀ ਜਾਓ, ਅਤੇ ਫਿਰ ਖਰਾਬੀ ਜੀ ਜੀ। ਇੱਕ ਬੜਾ ਅੱਛਾ ਕਬੂਤਰ ਹੈ, ਇਹ ਕਿਹੜਾ ਕਬੂਤਰ ਹੈ ਜੀ? ਇਹ ਯਰਕਾਨੀ ਅੱਖਾਂ ਦਾ ਕਬੂਤਰ, ਇਹਨਾਂ ਕੋਲ ਪੁਰਾਣਾ ਕਬੂਤਰ ਹੈ, ਬੜਾ ਅਲੱਗ ਕਬੂਤਰ ਹੈ। ਇਹ ਚੋਰ ਸਾਹਿਬ ਨੇ ਖਰੀਦਿਆ ਸੀ 15,000 ਦਾ, ਅਤੇ ਮੈਂ ਇਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਕਿ ਯਾਰ 5 ਲੱਖ ਦਾ ਵੀ ਸਸਤਾ, ਐਸਾ ਕਬੂਤਰ ਹੈ, ਯਾਨੀ ਹਾਂਜੀ, ਔਰ ਬੜੇ ਅੱਛੇ ਪੁਆਇੰਟਾਂ ਦੇ ਵਿੱਚ, ਯਾਨੀ ਅੱਖਾਂ ਤਾਂ ਹੈ ਹੀ ਨਾ ਜਰਕਾਨੀ, ਇਹਦਾ ਪਰ ਪੁਰਜ਼ਾ ਬਹੁਤ ਸ਼ਾਨਦਾਰ ਹੈ, ਦੁਮ ਪਰ ਹਰ ਚੀਜ਼ ਇਹਦੀ ਅੱਛੀ, ਨਸਲੀ ਕਬੂਤਰ ਹੈ, ਔਰ ਅੱਛੇ ਪੁਆਇੰਟਾਂ ਦੇ ਨਾਲ ਖੂਬਸੂਰਤ ਵੀ ਹੈਗਾ। ਹਾਂਜੀ, ਇਹਦਾ ਵੀ ਪੰਜਾ ਦੇਖਣ ਵਾਲਾ ਜੀ, ਇਸ ਕਬੂਤਰ ਦਾ ਜਾਮਨੀ ਪੰਜੇ ਨੇ, ਬੜੇ ਖੁਸ਼ਕ ਪੰਜੇ। ਹਾਂਜੀ, ਇਹ ਮਜ਼ਬੂਤੀ ਦੀ ਲਾਮਤ ਹੈ। ਅਸਲਾਮ ਅਲੈਕੁਮ, ਲਾਲਪਰੀ ਦੀ ਪੱਟੀ ਇਹਨਾਂ ਨੇ ਲਾਈ, ਇਹਨਾਂ ਦੀ ਉੜਦੀ ਸੀ ਲਾਲਪਰੀ, ਬੜਾ ਉੱਡੀ ਹੈ, ਤੇ ਇਹਨਾਂ ਨੇ ਉੜਾ ਕੇ ਥੱਲੇ ਲਾਈ ਹੈ। ਹਾਂਜੀ, ਹੈ ਜੋਈ ਸਾਹਿਬ, ਉਹਨਾਂ ਦਾ ਜ਼ਿਹਨ ਹੈਗਾ ਕਿ ਸਕੂਟਰ ਦੇ ਅੱਛੇ ਬੱਚੇ ਕੋਈ ਥੋੜੇ ਚਾਰ ਬਣਾ ਲਈਏ, ਮਾਦੀ ਵੀ ਇਹਨਾਂ ਨੇ ਬਹੁਤ ਵਧੀਆ ਲਾਈ, ਮਾਤਾ ਨੇ ਯਾਰ। ਇਸ ਨਸਲ ਦੇ ਵਿੱਚ ਨਾ ਲੋਕ ਹੋਣਗੇ, ਲੇਕਿਨ ਜਿਹੜੇ ਮੈਂ ਦੇਖਿਆ ਨਾ ਜਿੱਥੇ ਵੀ, ਐਡੇ ਅੱਛੇ ਪੁਆਇੰਟਾਂ ਦੇ ਕਬੂਤਰ ਇਸ ਨਸਲ ਬਹੁਤ ਘੱਟ ਨਜ਼ਰ ਆ, ਬਹੁਤ ਵਧੀਆ। ਯਾਨੀ ਕਿ ਨਸਲ ਦਾ ਲੋਕ ਨਾਮ ਤਾਂ ਲੈਂਦੇ ਨੇ, ਮਗਰ ਇਹ ਪੁਆਇੰਟ ਨਹੀਂ ਹੁੰਦੇ ਉਹਨਾਂ ਕੋਲ, ਘੱਟ ਹੁੰਦੇ ਨੇ, ਹੋਣਗੇ ਲੋਕਾਂ ਕੋਲ, ਮੈਂ ਆਪਣੀ ਗੱਲ ਕਰਾਂਗਾ ਜਿਹੜੀ ਮੈਂ ਦੇਖਿਆ, ਯਾਨੀ ਕਿ ਕਿਸੇ ਦੀ ਕੋਈ ਨਫੀ ਨਹੀਂ ਕਰ ਰਹੇ, ਲੋਕਾਂ ਕੋਲ ਬੜੇ ਬੜੇ ਅੱਛੇ ਪੈਂਦੇ ਨੇ, ਮੈਂ ਇਹ ਜਾਣਦਾ, ਬਹੁਤ ਗੱਲ ਕਿਸੇ ਬੱਚੇ ਦੇ ਜਾ ਕੇ ਕਬੂਤਰ ਦੇਖੇ, ਐਸੇ ਕਬੂਤਰ ਵਿੱਚ ਦੋ ਚਾਰ ਨਜ਼ਰ ਆਈ ਨੇ, ਬੰਦਾ ਲੋਕਾਂ ਕੋਲ ਬੜੇ ਬੜੇ ਅੱਛੇ ਪੈਂਦੇ ਨੇ, ਉਹਨਾਂ ਨੇ ਪਤਾ ਕਿਹਾ ਅੱਛੇ ਕਬੂਤਰ ਨੂੰ ਤੁਸੀਂ ਸਿਲੈਕਟ ਕਰਕੇ ਉਹਨੂੰ ਅੱਗੋਂ ਚਲਾ ਲੈਣਾ ਬਸ। ਮਿਹਰਬਾਨੀ
ਜਿਨ੍ਹਾਂ ਸਾਨੂੰ ਐਡੇ ਖਲਾਰ ਚੋਂ ਵੀ ਜਿਹੜਾ ਨਾ ਸਾਡੀ ਸਕੂਨ ਹੋ ਗਿਆ ਸੀ ਤੇ ਬੜਾ ਅੱਛਾ ਸ਼ੌਕ ਤੇ ਮਹਿਸੂਸ ਸ਼ੌਕ ਮਿਹਨਤ ਘੱਟ ਰਿਜ਼ਲਟ ਜ਼ਿਆਦਾ ਔਰ ਪਤਾ ਵੀ ਚੱਲਦਾ ਕੀ ਨਸਲ ਹੈ ਕੀ ਕਬੂਤਰ ਹੈ ਸਕੂਨ ਹੋ ਗਿਆ ਤੁਹਾਨੂੰ ਐਸੇ ਵਜ੍ਹਾ ਤੋਂ ਦੋਸਤੋ ਹਰ ਪਰਿੰਦਾ ਹੀ ਅੱਛਾ ਆ ਰਿਹਾ ਸੁਪਰ ਆ ਰਿਹਾ ਅਸਲ ਵਿੱਚ ਬੜੀ ਛਾਂਟੀ ਤੋਂ ਬਾਅਦ ਇਹ ਚੀਜ਼ ਕੁਲੈਕਸ਼ਨ ਹੋ ਕੇ ਬੜੀ ਮਿਹਨਤ ਹੋ ਕੇ ਲੱਗੇ ਨੇ ਜੋੜੇ ਹਾਂਜੀ दो चीजा ने जोड़ा दे विच एक हड्डी जोड़ दा गैप एक उहदे जोड़ तुसीं जोड़ किहनूं कह रहे हो जे डॉक्टर साहब हां उह जिहड़े ने ना बेहतरीन शेप है उह एवें सुई बराबर उहनां दी गैप है जोड़ा बिलकुल बहुत खरी मादी है यरकानी अखां दी कबूतरी है बल्कि एक दिन मेरी नीयत कबूतर ना वो तो 5 लाख वाला सी नहीं वो ना बड़ी अच्छी ना लालपुरी पट्टी लाई है जदों मैं इनना को दोबारा आया ना दो चार दफा एक दिन मेरा मूड बनया के मादी में उस दिन सोचा ले आई नहीं है लेकिन अभी मां सी फिर मैं कहने एक्सपायर हो ही ना जाके तो फिर मैं कह तुसी लाओ कोई गल नहीं हां बिल्कुल नहीं याद आ गया देखो ना ਜਦੋਂ ਮੈਂ ਕਹਿੰਦਾ ਹੈ ਮਾਦੀ ਲਾਹੌਰ ਵਾਲੀ ਹੈਗੀ ਪਿਛਲੀ ਦਫਾ ਮੈਂ ਜਦੋਂ ਆਇਆ ਸਾ ਮੈਂ ਕਹਿੰਦਾ ਸਾ ਇੱਥੇ ਵਾਲੀ ਦੀ ਲਾਹੌਰ ਵਾਲੀ ਹੈਗੀ ਆ ਦੇਖੋ ਆਹ ਯਾਰ ਨਹੀਂ ਬੜੀ ਅੱਛੀ ਮਾਦੀ ਹੈ ਬਾਕੀ ਇਹ ਬਗਲ ਹੈ ਜੀ ਪਰ ਇਹਦਾ ਦਿਖਾਓ ਜੀ ਜਰਾ ਅੱਖ ਤਾਰਾ ਸਾ ਹਾਂਜੀ ਇਹ ਦੇਖੋ ਇਹ ਵੀ ਸਾਡੇ ਮੋਤਰਮ ਤੁਸੀਂ ਇਹ ਜੋੜਾ ਲਗਾਇਆ ਸੀ ਤੇ ਇਹ ਨਰ ਲਾਇਆ ਸੀ ਤੁਹਾਨੂੰ ਨਾਲ ਨਹੀਂ ਨਹੀਂ ਇਹ ਬਹੁਤ ਵਧੀਆ ਹੈ ਨਰ ਲਾਇਆ ਜੀ ਕਿੰਨੇ ਦੀ ਛੇ ਗਾੜੀ ਬਹੁਤ ਸਾਰੇ 100 ਨੰਬਰ ਹੀ जोड़ा ही बड़ा मजेदार लगा ਹੁਣ ਦੇਖੋ ਨਾ ਲਾਲ ਲੱਖ ਦੀ ਕਬੂਤਰੀ ਆਈ ਹੈ ਇੱਕ ਸੂਰਨ ਕੀ ਇਹਦੀ ਇਹ ਦੇਖੋ ਬਗਲ ਤੋਂ ਉੱਤੇ ਕਿੰਨਾ ਇਹਦਾ ਪਰ ਜਾ ਰਿਹਾ ਔਰ ਲੈਂਥ ਦੇਖੋ ਕਿੰਨੀ ਸ਼ਾਨਦਾਰ ਹੈ ਜ਼ਰੂਰੀ ਨਹੀਂ ਕਿ ਯਾਰ ਜੋਂਸਰੇ ਕਬੂਤਰੀ ਆਉਣ ਦੇ ਉਹਨਾਂ ਦੇ ਵਿੱਚ ਕੁਆਲਿਟੀਆਂ ਉਹਨੇ ਲਾਲ ਲੱਖ ਦੀ ਮਾਦੀ ਹੈ ਬਹੁਤ ਸੁਪਰ ਹੈ ਔਰ ਇਹਦੀ ਅੱਖ 'ਚ ਇੱਕ ਐਕਸਟਰਾ ਚੀਜ਼ ਇਹਦੀ ਅੱਖ ਪਲਕ ਤੋਂ ਬਾਹਰ ਹੈ ਥੋੜ੍ਹੀ ਜਿਹੀ ਤਾਰਕ ਜਿਹਨੂੰ ਕਹਿੰਦੇ ਆ ਹਾਂਜੀ ਔਰ ਇਹ ਪਲਕਾਂ ਜਿਹੜੀ ਨੇ ਇਹਦੀਆਂ ਪਲਕਾਂ ਉਹਨਾਂ ਤੋਂ ਥੋੜ੍ਹੀ ਬਾਹਰ ਆਈ ਹੈ ਜੀ ਇਹ ਜਿਹੜੇ ਇਸ ਪਲਕ ਦੇ ਕਬੂਤਰ ਹੁੰਦੇ ਨੇ ਉਹ ਐਕਸਟਰਾ ਸਿਆਣੇ ਹੁੰਦੇ ਨੇ ਔਰ ਇਹ ਕਬੂਤਰ ਲਗੜ ਦੇ ਕਾਬੂ ਵੀ ਨਹੀਂ ਆਈ ਜਾਂਦੇ ਜਿਹੜੇ ਤੁਸੀਂ ਕਹਿੰਦੇ ਚੁੰਝ ਦੀ ਤਰਫ ਤੋਂ ਹਾਂਜੀ ਹਾਂਜੀ ਇਹ ਥੱਲੇ ਡੋਨ ਹੈ ਚੁੰਝ ਦੀ ਤਰਫੋਂ ਤੇ ਬਾਹਰੋਂ ਬਾਹਰ ਨਿਕਲੀ ਪਲਕਾਂ ਤੋਂ ਇਹ ਕਬੂਤਰ ਮੈਂ ਅਜ਼ਮਾਇਆ ਕਿ ਲਗੜ ਦੇ ਕਾਬੂ ਵੀ ਨਹੀਂ ਆਉਂਦੇ ਯਾਨੀ 3-4 ਲਗੜ ਵੀ ਫੇਰਦੇ ਹੋਣਗੇ ਉਹਨਾਂ ਨੂੰ ਡਾਜ ਦੇ ਕੇ ਨਿਕਲ ਜਾਣਗੇ ਤੇ ਇਹ ਬੜੀ ਜ਼ਬਰਦਸਤ ਕਬੂਤਰੀ ਹੈ ਔਰ ਬੜੀ ਜ਼ਹਿਨਤਰੀਨ ਕਬੂਤਰੀ ਇਹਦਾ ਬੱਚਾ ਵੀ ਨਹੀਂ ਜ਼ਾਇਆ ਹੋਏਗਾ ਇਹਦਾ ਪੰਜਾ ਓਏ ਖੁਸ਼ਕ ਪੰਜੇ ਨੇ ਸੁਰਖ ਜੀ ਜੀ देखो ये तारीफ तो मेरे खुदा दी है तारीफ तो लायक तो अल्लाह ही है मगर जिस मर्जी भी रंग और नस्ल का कबूतर आएगा कि वो कबूतर पसंद कर देने उस्ताद बगल पर क्या बात है यानी कि जैसी कलेक्शन आ रही है कोई भी परिंदा ऐसा नहीं आ रहा जो देख के तो बंदा कहे यार गलत लाया है जो कोई गलत आएगा अभी वह दसांगे अभी नॉमीनेट करा लेकिन यदि बगल पला ये मेरे को नहीं लोरो आया कबूतर अच्छा लोरो था मेरे कबूतर है ने लोर चैंपियन ਉਹਨਾਂ ਨੂੰ ਮੈਂ ਕਹਿੰਦਾ ਯਾਨੀ 2011 ਔਰ 14 ਚ ਬੱਚਾ ਮੇਰਾ ਚੈਂਪੀਅਨ ਹੋਇਆ ਸੀ ਤੇ ਉਹਦੇ ਉਸ ਨਸਲ ਚੋਂ ਲੋਰ ਚੈਂਪੀਅਨ ਦੇ ਹਾਂਜੀ ਇਹਨਾਂ ਹੀ ਮੇਰੇ ਫਲਕ ਸ਼ੇਰ ਕਬੂਤਰ ਤੇ ਮੈਂ ਵਿੱਚ ਬਾਂਕਾ ਕਰਾਸ ਪਾਇਆ ਇਹਨਾਂ ਚ ਇਹ ਕਿਹੜੇ ਕਿਹੜੇ ਕਬੂਤਰ ਚ ਫਲਕ ਸ਼ੇਰ ਤੇ ਬਾਂਕਾ ਫਲਕ ਸ਼ੇਰ ਦੇ ਵਿੱਚ ਬਾਂਕੇ ਕਬੂਤਰ ਮੈਂ ਪਾਇਆ ਇਹ ਤੀਸਰੀ ਬਰੀਡ ਹੈ ਤੁਹਾਡੀ ਲੋਰ ਚੈਂਪੀਅਨ ਜੀ ਜੀ ਉਹਨਾਂ ਦੀ ਅੱਛਾ ਅੱਛਾ ਉਡਾਨ ਉਸ ਕਰਾਸ ਜੋੜਾ ਲਗਾਇਆ ਹੈ ਹਾਂਜੀ ਇਹ ਬਹੁਤ ਅੱਛਾ ਜੋੜਾ ਲੱਗਿਆ ਜੀ ਮਾਦੀ ਵੀ ਬੜੀ ਖਲਵੰਦ ਹੈ ਸਾਡੇ ਸਾਧਰਾਂ ਲੱਗ ਕਬੂਤਰ ਹੈ ਵੀ ਹੈ ਗੋਲਡਨ ਮਾਦੀ ਕੀ ਬਾਤ ਹੈ ਜੀ ਨਹੀਂ ਮਾਦੀ ਅੱਛਾ ਜੀ
ਤੁਸੀਂ ਮਾਨਾ ਭੈਣ ਕੱਢ ਕੇ ਲਿਆਏ ਨੇ ਮਾਦੀ ਕੀ ਬਾਤ ਹੈ ਜੋੜੇ ਦਾ ਸ਼ੋਅ ਕਰਾਉਣ ਲਈ ਮਜ਼ਾ ਆ ਗਿਆ ਮਾਦੀ ਦੀ ਬਾਡੀ ਦੇਖ ਕੇ ਅਸਾਂ ਜੀ ਨਾ ਅਸੀਂ ਤੇ ਦੇ ਸ਼ੋਅ ਕਰ ਰਹੇ ਆ ਇਹ ਦੋਸਤ ਕਦੀ ਕਿਸੇ ਦੇ ਹੱਥ ਚ ਬੰਦੇ ਦੇ ਹੱਥ ਚ ਦੂਸਰੀ ਹੋਵੇ ਨਾ ਦੇਖੋ ਮੈਂ ਇਸ ਤਰ੍ਹਾਂ ਹੀ ਸ਼ੋਅ ਕਰਾ ਰਿਹਾ ਮਜ਼ਾ ਆ ਜਾਂਦਾ ਬਾਡੀ ਦੇਖ ਕੇ ਯਾਨੀ ਕਿ ਜਿਹਨੂੰ ਸਮਝ ਇਸ ਚੀਜ਼ ਦੀ ਜਦੋਂ ਇਹ ਬਾਡੀ ਹੱਥ ਚ ਆਉਂਦੀ ਨਾ ਇੱਕ ਵੱਖਰਾ ਹੀ ਨਸ਼ਾ ਹੁੰਦਾ ਹੈ ਔਰ ਵੱਖਰਾ ਹੀ ਮਜ਼ਾ ਹੈ ਇੱਕ ਦਿਲ ਨੂੰ ਸਰੂਰ ਮਿਲਦਾ ਉਹ ਬਾਡੀ ਆਈ ਅੱਜ ਯਾਨੀ ਜਿਸ ਲੈਵਲ ਦੀ ਉਹ ਲਾਲਪੁਰੀ ਮਾਦੀ ਗਈ ਨਾ ਉਹਦੇ ਨਾਲ ਰਲਦੀ ਮਿਲਦੀ ਮਾਦੀ ਆਈ ਦੇਖੋ ਇਹਦਾ ਪਰ ਪੁਰਜ਼ਾ ਅਮਨ ਜੀ ਮਾਸ਼ਾਅੱਲਾ ਇੱਕ ਤੋਂ ਇੱਕ ਅੱਛਾ ਕਬੂਤਰ ਆ ਰਿਹਾ ਇਹ ਗੋਲਡਨ ਕਬੂਤਰ ਲੱਗਾ ਹੈ ਜੀ ਇਹਦਾ ਗੋਲਡਨ ਕਬੂਤਰ ਲੱਗਾ ਬਹੁਤ ਸ਼ਾਨਦਾਰ ਇਹ ਵੀ ਦੇਖੋ ਇਹਦਾ ਵੀ ਪੱਲਾ ਇਹਦੀ ਵੀ ਬਗਲ ਦਾ ਪਰ ਦੇਖੋ ਪਹਿਲਾ ਪਰ ਦੇਖੋ ਬਗਲ ਤੋਂ ਬਾਹਰ ਹੈ ਫਿਰ ਇਹਦੀ ਹੈ ਗੋਲਡਨ ਕਬੂਤਰ ਕਬੂਤਰ ਹਾਂਜੀ ਲੈਂਥ ਬੜੀ ਹੈ ਪਰ ਦੀ ਔਰ ਜੱਤਲ ਬੜਾ ਹੈ ਕਬੂਤਰ ਜੀ ਮਲੈਮ ਔਰ ਜੱਤਲ ਬੜਾ ਹੈ ਗੋਲਡਨ ਕਬੂਤਰ ਹੈ ਪੁਰਾਣਾ ਕਬੂਤਰ ਇਹਨਾਂ ਕੋਲ ਵੀ ਅੱਛਾ ਮਲੈਮ ਦਾ ਤਾਂ ਪਤਾ ਲੱਗ ਜਾਂਦਾ ਸਾਜੀ ਥੋੜ੍ਹਾ ਜੱਤਲ ਦੇ ਬਾਰੇ ਵੀ ਰੋਸ਼ਨੀ ਪਾਓ ਨਾ ਕਿ ਜੱਤਲ ਤੁਸੀਂ ਮੁਰਾਦ ਹੈ ਜਿਹਦੇ ਤੇ ਪਰ ਜ਼ਿਆਦਾ ਹੋਣ ਕਬੂਤਰ ਪਰੇਲ ਕਬੂਤਰ ਜੱਤਲ ਦਾ ਮਕਸਦ ਹੀ ਹੁੰਦਾ ਜਿਹੜਾ ਕਬੂਤਰ ਪਰਾਂ ਨਾਲ ਭਰਿਆ ਹੁੰਦਾ ਨਾ ਜੱਤਲ ਦਾ ਕੀ ਮਤਲਬ ਹੈ ਪਰਾਂ ਨਾਲ ਭਰਿਆ ਪਰਿਆ ਨਾਲ ਭਰਿਆ ਜਿਹੜਾ ਪਰਿਆਂ ਨਾਲ ਭਰਿਆ ਹੋਏਗਾ ਉਹ ਹੀ ਜੱਤਲ ਹੁੰਦਾ ਤੇ ਉਹ ਹੀ ਐਕਸਟਰਾ ਮੁਲਾਇਮ ਹੁੰਦਾ ਜਿਹੜੇ ਕਬੂਤਰ ਦੇ ਜਿਸਮ ਦੇ ਪਰ ਘੱਟ ਹੁੰਦੇ ਨੇ ਨਾ ਉਹ ਖੁਸ਼ਕਪਨ ਉਹਦੇ ਜ਼ਿਆਦਾ ਆਉਂਦਾ ਤੇ ਕੁਛ ਪਰਿੰਦੇ ਐਸੇ ਹੁੰਦੇ ਨੇ ਜ਼ਰੂਰ ਦੇਖਣ 'ਚ ਜਿਹੜੇ ਬੜੇ ਮੁਸਕੂਲਰ ਹੁੰਦੇ ਨੇ ਮੁਲਾਇਮ ਐਡੇ ਨਹੀਂ ਹੁੰਦੇ ਲੇਕਿਨ ਉੱਡਣ 'ਚ ਬੜੇ ਬਿਹਤਰੀਨ ਦੇ ਜਿਸਮ ਉਹਨਾਂ ਦਾ ਬੜਾ ਵਧੀਆ ਹੁੰਦਾ ਯਾਨੀ ਜਿਸਮ ਬੜਾ ਵਧੀਆ ਇਹ ਟੈਡੀ ਕਬੂਤਰੀ ਆਈ ਇਹ ਟੈਡੀ ਮਾਦੀ ਆਈ ਬੜਾ ਅੱਲਾ ਇਹਨੂੰ ਪਰ ਤੀਦੀ ਬੜੀ ਸਮਝਦਾ ਉਹ ਪਰ ਚੱਪੀ ਸੀ ਉਹ ਹੀ ਸੀ ਹਾਂਜੀ ਦੋ ਹਾਂਜੀ ਦੇਖੋ ਨਾ ਕਾਜੀ ਨਾਲ ਮੇਰੇ ਸਾਜੇ ਜੋੜਾ ਕੇ ਚੱਲ ਇਹ ਦੇਖਦੇ ਆ ਮਾਦੀ ਤੇ ਬਹੁਤ ਵਧੀਆ ਆਈ ਸ਼ਾਨਦਾਰ ਮਾਦੀ ਸੀ ਟੈਡੀ ਨਾਲ ਵੀ ਅੱਛਾ ਪਲਿਆ ਜਿਹੜਾ ਕਮਜ਼ੋਰ ਹੋਇਆ ਹਾਂਜੀ ਇਹ ਥੋੜ੍ਹਾ ਜਿਹਾ ਲਿਸਾ ਹੋਇਆ ਕਬੂਤਰ ਪਰ ਬੜਾ ਬਿਹਤਰੀਨ ਹਾਂਜੀ ਨਹੀਂ ਅੱਛਾ ਜੋੜਾ ਲੱਗਾ ਹੈ ਜੀ ਚੋਰੀ ਨਜ਼ੀਮ ਸਾਹਿਬ ਨੇ ਤੀਸਰਾ ਜੋੜਾ ਦਿਖਾਇਆ ਅਤੇ ਜਿਹੜੇ ਉਹਨਾਂ ਨੇ ਆਪ ਲਾਏ ਨੇ ਤਿੰਨੇ ਜੋੜੇ ਬੜੇ ਅੱਛੇ ਲਾਏ ਨੇ ਇੰਨੇ ਸਾਲ ਤੋਂ ਤੁਹਾਡਾ ਸ਼ਰੀਕ ਹੈ ਜੀ ਫਿਰ ਨਾਲੇ ਕੋਈ ਬੰਦਾ ਸਮਝਾਉਣ ਵਾਲਾ ਹੋਵੇ ਨਾ ਸਾਜ ਜੀ ਮੇਰਾ ਮਤਲਬ ਦੱਸਣ ਵਾਲੇ ਕਿ ਕਬੂਤਰ ਹੀ ਦੇਖ ਲਈ ਕਿਹੜੀ ਚੀਜ਼ ਹੈ ਹਾਂਜੀ 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 ਅੱਛੇ ਕਬੂਤਰ ਨੂੰ ਕਿਹੜੀ ਕਿਹੜੀ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ ਮਾਸ਼ਾਅੱਲਾ ਦੋ ਤਿੰਨ ਚੀਜ਼ਾਂ ਹੀ ਮੋਟੀਆਂ ਨੇ ਚੀਜ਼ਾਂ ਤਾਂ ਬੜੀਆਂ ਹੁੰਦੀਆਂ ਨੋਟ ਕਰਨ ਵਾਲੀਆਂ ਯਾਨੀ ਕਿ ਉਹਦਾ ਬਦਨ ਹੈ ਪਰ ਅੱਖ ਨਸਲ ਯਾਨੀ ਕਿ ਲੈ ਲਓ ਬਦਨ ਹੀ ਮੇਨ ਚੀਜ਼ ਨੂੰ ਤੁਸੀਂ ਦਿੰਦੇ ਮਾਸ਼ਾਅੱਲਾ ਸਾਰੇ ਅੱਛੇ ਪਰਿੰਦੇ ਆ ਰਹੇ ਨੇ ਅਤੇ ਅਸੀਂ ਦੋਸਤਾਂ ਕੋਲੋਂ ਇਜਾਜ਼ਤ ਲਾਂਗੇ ਸਰ ਜੀ ਨਾ ਦੇਖੋ 10-12-15 ਪਰਿੰਦੇ ਹੀ ਤੁਹਾਡੇ ਸ਼ੌਕ ਦੀ ਇਕਾਸੀ ਕਰਦੇ ਨੇ ਜੀ ਜੀ ਯਾਨੀ ਕਿ ਤੁਹਾਨੂੰ ਦੱਸ ਦਿੰਦੇ ਨੇ ਕਿ ਬੰਦੇ ਨੂੰ ਟੇਸਟ ਕੀ ਹੈ ਲੈਵਲ ਕੀ ਹੈ ਕਿਸ ਤਰ੍ਹਾਂ ਦੇ ਪਰਿੰਦੇ ਨੇ ਅਤੇ ਤੁਸੀਂ ਇਨਸ਼ਾਅੱਲਾ ਜਿੰਨੇ ਦੇਖੋਗੇ ਐਸੇ ਮਿਆਰ ਦੇ ਕਬੂਤਰ ਆਉਣਗੇ ਅਤੇ ਫਿਰ ਉਹ ਲਾਈਵ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਫਿਰ ਅਸੀਂ ਇਹ ਤੁਹਾਡੇ ਦੋਸਤ ਨੇ ਡਾਕਟਰ ਸਾਹਿਬ ਇਹਨਾਂ ਨਾਲੇ ਜਾਣਾ ਉਹਨਾਂ ਤੋਂ ਸ਼ੌਕ ਕਰਾਵਾਂਗੇ ਅਤੇ ਫਿਰ ਦੁਬਾਰਾ ਇਨਸ਼ਾਅੱਲਾ ਲਾਈਵ ਹੋਵਾਂਗੇ 1-2 ਘੰਟੇ ਤੱਕ ਲੋ ਜੀ ਠੀਕ ਹੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਉਸਤਾਦ ਜੀ ਇਹ ਨਦੀਮ ਰਜ਼ਾ ਸਾਹਿਬ ਨੇ ਜੀ ਮਾਨਾ ਦਿੰਜਾਲਾ ਇਹ ਡਾਕਟਰ ਸਾਹਿਬ ਨੇ ਜੀ ਭਾਈ ਵੱਡੇ ਆਏ ਨੇ ਜੀ ਅੱਛਾ ਤਾਂ ਬਲਵੀ ਸਾਹਿਬ ਸਾਡੇ ਮਾਸ਼ਾਅੱਲਾ ਜੀ 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 ਉਸਤਾਦ ਨੇ ਜੀ ਇਹ ਵੀ ਬੜਾ ਅੱਛਾ ਸ਼ੋਅ ਕਰਦੇ ਉਹ ਵੀ ਤੁਹਾਡੇ ਦੋਸਤ ਨੇ ਹਰ ਦਫਾ ਮੁਲਾਕਾਤ ਹੁੰਦੀ ਹੈ ਕਲੈਨ ਸਾਹਿਬ ਜੀ ਇਹ ਅਸਲ ਇਹ ਵੀ ਛੱਤ ਮਾਲਕ ਸਾਡੇ ਹੀ ਨੇ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਤੁਹਾਡਾ ਪਹਿਲੇ ਮੈਂ ਜਰਾ ਲੈ ਰਿਹਾ ਸੀ ਉਸਤਾਦ ਨੂੰ ਇੰਟਰਵਿਊ ਤੇ ਮੈਂ ਕਿਹਾ ਚੱਲ ਬਾਅਦ ਚ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਕਬੂਤਰ ਦੇ ਕੇ ਸ਼ੋਅ ਕਰਾਈ ਜੀ 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 ਕਰਾਓ ਜੀ ਬਿਲਕੁਲ ਇਹ ਬੜਾ ਵਧੀਆ ਕਬੂਤਰ ਆਇਆ ਸਾਥ ਮਜ਼ਾ ਆ ਗਿਆ ਇਹ ਕਿੱਥੋਂ ਆਇਆ ਜੀ ਮੇਰਾ ਪਿਓ ਵੀ ਆਇਆ 92 ਨੰਬਰ ਇਹ ਸਿਆਲਕੋਟੀ ਕਬੂਤਰ ਹੈ ਜੀ 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 ਸਿਆਲਕੋਟੀ ਪੁਰਾਣੇ 92 ਨੰਬਰ ਤੇ ਲਿਆ ਬੜਾ ਮਜ਼ਾ ਆ ਰਿਹਾ ਕਹਿੰਦੇ ਆ ਕਬੂਤਰ ਬਹੁਤ ਵੀਆਈਪੀ ਆਇਆ ਜਿਹੜਾ ਸ਼ੌਅ ਕਰਾਣਾ ਜੀ ਨਹੀਂ ਨਹੀਂ ਇਹ ਬੜਾ ਮਜ਼ਾ ਆਇਆ ਹਾਂਜੀ ਸਾਦ ਜੰਜਾਂ ਦੇ ਅੰਦਰੋਂ ਲੱਭ ਕੇ ਲਿਆ ਜੀ ਜੋੜਾ ਹਾਂ ਇਹ ਸਾਦ ਜੀ ਪਿਓਰ ਸਿਆਲਕੋਟੀ ਪੁਰਾਣਾ ਨਹੀਂ ਨਹੀਂ ਬਹੁਤ ਵਧੀਆ ਕਬੂਤਰ ਹੈ ਬਾਕੀ ਇੱਕ ਮੇਰੇ ਵਾਸਤੇ ਨਵੀਂ ਚੀਜ਼ ਜ਼ਰੂਰ ਜੇ ਕਬੂਤਰ ਕੰਨ ਛੱਤ ਵਾਲੇ ਨਹੀਂ ਨਹੀਂ ਇਹ ਨਹੀਂ ਛੱਤ ਵਾਲੇ ਨਹੀਂ ਨਹੀਂ ਇੱਕ ਚੀਜ਼ ਜ਼ਰੂਰ ਜੇ ਕਿ ਮੈਂ ਫਸਟ ਟਾਈਮ ਇਸ ਕਲਰ ਦੇ ਸਿਆਲਕੋਟੀ ਕਬੂਤਰ ਦੇਖਿਆ ਜੇ ਮੇਰੇ ਵਾਸਤੇ ਵੀ ਇੱਕ ਨਵੀਂ ਚੀਜ਼ ਹੈ ਕਬੂਤਰ ਬੜਾ ਅੱਛਾ ਬਹਰਾਲ ਜਿਹੜਾ ਵੀ ਮੈਂ ਤੇ ਹਰ ਨਸਲਾਂ ਪਿੱਛੇ ਕਲਰ ਪਿੱਛੇ ਬਹਿਸ ਨਹੀਂ ਕਦੀ ਕੀਤੀ ਅਸੀਂ ਤੇ ਅੱਛੇ ਕਬੂਤਰਾਂ ਦੇ ਜਿਹੜੇ ਨਾ ਕਾਇਲ ਆ ਅੱਛਿਆਂ ਨੂੰ ਪਸੰਦ ਕਰਦੇ ਹਾਂ ਬਹੁਤ ਵਧੀਆ ਕਬੂਤਰ ਹੈ
ਇਹਦੀ ਅੱਖ ਦੇਖ ਲਓ ਔਰ ਪਰ ਦੁਮ ਪੰਜਾ ਬਹੁਤ ਸ਼ਾਨਦਾਰ ਕਬੂਤਰ ਹੈ ਯਾਨੀ ਕਿ ਕੋਈ ਵੀ ਕਬੂਤਰ ਹੈ ਲੇਕਿਨ ਸ਼ਾਨਦਾਰ ਵਛੜਾਂ ਨਾਲ ਹਾਂਜੀ ਦੁਮ ਵੀ ਬਣੀ ਬਹੁਤ ਬਹੁਤ ਵਧੀਆ ਦੁਮ ਹੈ ਦੇਖੋ ਨਾ ਜਿਸ ਤਰ੍ਹਾਂ ਧਾਗੇ ਨਾਲ ਬੰਨੀ ਹੈ ਕਸੂਰੀ ਮਾਤੀ ਲਾਈ ਨਾਲ ਕੈਸਾ ਸ਼ਾਨਦਾਰ ਇਹਦਾ ਵੀ ਫਰਜ ਨਹੀਂ ਮਾਸ਼ਾਅੱਲਾ ਬਹੁਤ ਵਧੀਆ ਔਰ ਬੜੀ ਅੱਲਾ ਦੇ ਘਰ ਚ ਉਮੀਦ ਹੈ ਕਿ ਇਨਸ਼ਾਅੱਲਾ ਕੁਛ ਹੋ ਵੀ ਬੜਾ ਸੈੱਟ ਹੋ ਇਨਕੇ ਜੋੜਾ ਬਿਲਕੁਲ ਠੀਕ ਲੱਗ ਗਿਆ ਫੇਰ ਅੱਛਾ ਲੱਗ ਗਿਆ ਠੀਕ ਹੋ ਗਿਆ ਠੀਕ ਹੈ ਦੋਸਤਾਂ ਕੋਲ ਜਿਆਦਾ ਲੋ ਫਿਰ ਉਹ ਕਬੂਤਰ ਇੱਕ ਇੱਕ ਦਹਾਨੇ ਦਹਾਨਾ ਜਰਾ ਅੱਛਾ ਇਹ ਹੋਇਆ ਬਾਪ ਦਾ ਹਾਂਜੀ ਭਾਈ ਇਹ ਪਿਓਰ ਚਾਲ ਕੋ ਦੇਖੋ ਨਾ ਅੱਗੇ ਸੀ ਇੱਕ ਜ਼ਿਕਰ ਕਰ ਅੱਛਾ ਇਹ ਉਹਦਾ ਪੱਠਾ ਦਿਖਾਇਆ ਅੱਗੇ ਜਿਹੜਾ ਚਾਲਦਾ ਉਹਦਾ ਪੱਠਾ ਹੈ ਅੱਛਾ 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 ਉਹ ਘਰ ਦਾ ਹੈ ਇਸੇ ਤਰ੍ਹਾਂ ਇਹਨਾਂ ਇਨਸਾਨਾਂ ਦੇ ਬੈਗ ਦੇ ਜਿਵੇਂ ਕਿ ਮੀਆਂ ਸਾਹਿਬ ਦੀ ਸਾਰ ਨਿਕਲ ਗਈ ਕਿ ਬੈਗ ਥਰੂ ਕਰ ਗਿਆ ਉਹਨਾਂ ਦਾ ਇੱਕ ਉਹਨਾਂ ਨੇ ਦੱਸਿਆ ਕਿ ਯਾਨੀ ਭਤੀਜਾ ਉਹਨਾਂ ਦਾ ਨਿਕਲਿਆ ਇਹ ਕਬੂਤਰ ਦੇਖੋ ਨਾ ਇਹ ਕੀ ਇਹਦੇ ਬਾ ਬੇਟਾ ਕੀ ਹੈ ਬੇਟਾ ਉਹਦਾ ਪੂਰਾ ਜਾਲਦਾਰ ਮਿੱਸਾ ਹੈਗਾ ਹਾਲਾਂਕਿ ਮੈਂ ਉਹ ਦੇਖ ਕੇ ਹੈਰਾਨ ਹੋ ਗਿਆ ਉਹਨਾਂ ਨੇ ਸਿਆਲਕੋਟੀ ਕਿਉਂਕਿ ਉਹਨਾਂ ਨੇ ਘਰ ਕਢਾਇਆ ਉਹਨਾਂ ਨੂੰ ਪਤਾ ਹੈ ਘਰ ਉਹਨਾਂ ਦੇ ਕੋਈ ਵਾਕੀ ਜੈਨੂਨ ਸਿਆਲਕੋਟੀ ਕਬੂਤਰ ਹੈ ਲੇਕਿਨ ਬੇਟੇ ਨੇ ਬੜਾ ਸਰਪ੍ਰਾਈਜ਼ ਕੀਤਾ ਉਹਦਾ ਕਲਰ ਦੇਖ ਕੇ ਨਾ ਇਹ ਦੇਖੋ ਬੜਾ ਅੱਛਾ ਕਬੂਤਰ ਹੈ ਇਹ ਕਾਫੀ ਉਮਰ ਦਾ ਹੋ ਗਿਆ ਹਾਂਜੀ ਉਮਰ ਬੁੱਢਾ ਹੋਇਆ ਇਹ ਓਰੀਜਨਲ ਸਿਆਲਕੋਟੀ ਕਬੂਤਰ ਹੈ ਜੀ ਬਹੁਤ ਸ਼ਾਨਦਾਰ ਕਬੂਤਰ ਹੈ ਉਮਰ ਸਿੱਧਾ ਕਬੂਤਰ ਸਬਰ ਦੋਵੇਂ ਠੀਕ ਹੈ ਮੈਂ ਸੁਣਾਉਂਦਾ ਲੋ ਜੀ ਦੋਸਤੋ ਇਨਸ਼ਾਅੱਲਾ ਤਾਲਾ ਫਿਰ ਡਾਕਟਰ ਸਾਹਿਬ ਦੀ ਤਰਫ ਹੀ ਅਸੀਂ ਜਾਣਾ ਸ਼ੌਂਕ ਕਰਨਾ ਫਿਰ ਉੱਥੋਂ ਤੁਹਾਡੇ ਕੋਲ ਲਾਈਵ ਹੋਵਾਂਗੇ ਇਨਸ਼ਾਅੱਲਾ ਤਾਲਾ ਚਲਾਵਾਂਗੇ ਠੀਕ ਹੈ ਦੋਸਤੋ ਇਨਸ਼ਾਅੱਲਾ ਤਾਲਾ ਦੁਬਾਰਾ ਅਸੀਂ ਲਾਈਵ ਹੋਵਾਂਗੇ ਡਾਕਟਰ ਸਾਹਿਬ ਵੱਲ ਵੀ ਜਾਣਾ ਅਤੇ ਤੁਹਾਨੂੰ ਫਿਰ ਇਨਸ਼ਾਅੱਲਾ ਸ਼ੋਅ ਹੋਰ ਕਰਾਉਂਦੇ ਹਾਂ ਅਤੇ ਉਮੀਦ ਕਰਨੀ ਹੈ ਕਿ ਇਨਸ਼ਾਅੱਲਾ ਤਾਲਾ ਤੁਹਾਨੂੰ ਕਾਫੀ ਫਾਇਦਾ ਹੋਏਗਾ ਗੱਲਾਂ ਜਿਹੜੀਆਂ ਨੇ ਬਿਲਕੁਲ ਖੁੱਲ੍ਹ ਖਿਲਾ ਕੇ ਅਸੀਂ ਗੱਲਾਂ ਕੀਤੀਆਂ ਨੇ ਉਸਤਾਦ ਹੋਰਾਂ ਨੇ ਵੀ ਕਿ ਦੋਸਤਾਂ ਨੂੰ ਫਾਇਦਾ ਹੋਵੇ ਦੇਖਣ ਵਾਲਿਆਂ ਨੂੰ ਅਤੇ ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ।